ਹੈਲੋ ਸਟੂਡੈਂਟਸ, ਵੈਲਕਮ ਟੂ ਟੀ ਵੀ ਸਕੂਲ। ਆਪਾਂ ਕਰ ਰਹੇ ਹਾਂ ਫਿਜ਼ਿਕਸ ਪਲੱਸ ਟੂ ਦਾ ਯੂਨਿਟ ਨੰਬਰ 4, ਉਹਦੇ ਵਿੱਚ ਚੈਪਟਰ ਨੰਬਰ 1 ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਕੱਲ੍ਹ ਆਪਾਂ ਟੌਪਿਕ ਕਰ ਰਹੇ ਹਾਂ ਸੈਲਫ ਇੰਡਕਸ਼ਨ ਦਾ। ਕੱਲ੍ਹ ਆਪਾਂ ਕੀਤਾ ਸੀ ਥੋੜ੍ਹੀ ਜਿਹੀ ਇਹਦੀ ਇੰਟਰੋ, ਅੱਜ ਮੈਂ ਇਹਦੀ ਥੋੜ੍ਹੀ ਜਿਹੀ ਇੰਟਰੋ ਸੈਲਫ ਇੰਡਕਸ਼ਨ ਦੀ ਦੁਬਾਰਾ ਦੇ ਦਿੰਦੀ ਹਾਂ ਬਰੀਫ ਦੇ ਵਿੱਚ, ਐਂਡ ਦੈਨ ਉਸ ਤੋਂ ਬਾਅਦ ਆਪਾਂ ਇਹਦੀ ਪੂਰਾ ਸੈਲਫ ਇੰਡਕਸ਼ਨ ਕੰਸੈਪਟ ਆ ਜਿਹੜਾ ਉਹਦੀ ਮੈਥਮੈਟੀਕਲ ਫੋਰਮ ਦੇ ਵਿੱਚ ਉਹਦੀ ਡੈਰੀਵੇਸ਼ਨ ਕਰਾਂਗੇ। ਠੀਕ, ਹੁਣ ਸੈਲਫ ਇੰਡਕਸ਼ਨ ਕੀ ਆ? The production of induced EMF in a circuit due to change in current or we can say change in flux. ਠੀਕ ਹੈ, ਕੋਈ ਵੀ ਸਰਕਿਟ ਆ ਜਦੋਂ ਉਹਦੇ ਵਿੱਚ ਫਲਕਸ ਵਿੱਚ ਚੇਂਜ ਆਉਣਾ ਜਾਂ ਕਰੰਟ ਵਿੱਚ ਚੇਂਜ ਆਉਣਾ, ਉਦੋਂ ਜਿਹੜਾ EMF ਸੈਟਅਪ ਹੁੰਦਾ ਵਾ ਸਰਕਿਟ ਦੇ ਵਿੱਚ, ਉਹਨੂੰ ਕਹਿੰਦੇ ਆਪਾਂ ਇੰਡਿਊਸਡ EMF, ਔਰ ਇਸ ਸਾਰੇ ਫਿਨੋਮੀਨ ਨੂੰ ਆਪਾਂ ਕਹਿੰਦੇ ਹਾਂ ਸੈਲਫ ਇੰਡਕਸ਼ਨ, ਕਿਉਂਕਿ ਇੰਡਿਊਸਡ EMF ਪ੍ਰੋਡਿਊਸ ਹੋ ਰਿਹਾ ਆਪਣੇ ਆਪ ਸਰਕਿਟ ਦੇ ਵਿੱਚ। ਠੀਕ ਹੈ, ਸੋ ਇਹ ਫਿਨੋਮੀਨਾ ਹੋ ਗਿਆ ਸੈਲਫ ਇੰਡਕਸ਼ਨ ਦਾ। ਹੁਣ ਆਪਾਂ ਇਹਦਾ ਡੈਰੀਵੇਸ਼ਨ ਕਰਨੀ ਆ। ਕੋਫੀਸ਼ੈਂਟ ਆਫ ਸੈਲਫ ਇੰਡਕਸ਼ਨ, ਦੇਖੋ ਉਸ ਤੋਂ ਪਹਿਲਾਂ ਕੋਫੀਸ਼ੈਂਟ ਆਫ ਸੈਲਫ ਇੰਡਕਸ਼ਨ ਡਰਾਈਵ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਆਹ ਜਿਹੜੇ ਦੋ ਡਾਇਗਰਾਮ ਆ ਇਹਨਾਂ ਨੂੰ ਡਿਸਕਸ ਕਰਾਂਗੇ ਕੀ ਹੋ ਰਿਹਾ। ਸਭ ਤੋਂ ਪਹਿਲਾਂ ਆਪਾਂ ਫਸਟ ਡਾਇਗਰਾਮ ਕੰਸੀਡਰ ਕਰਦੇ ਹਾਂ, ਇਹ ਜਦੋਂ ਸਰਕਿਟ ਮੇਰਾ ਕੀ ਆ ਕਲੋਜ਼ਡ। ਠੀਕ, ਸਰਕਿਟ ਕਲੋਜ਼ ਆ ਜਦੋਂ ਮੈਂ, ਸਭ ਤੋਂ ਪਹਿਲਾਂ ਹੁਣ ਹੋਣਾ ਕੀ ਆ, ਇਸ ਬੈਟਰੀ ਦੇ ਥਰੂ ਮੈਂ ਇਸ ਸਰਕਿਟ ਨੂੰ ਕੀ ਪ੍ਰੋਵਾਈਡ ਕੀਤਾ, ਕਰੰਟ। ਆ ਕੀ ਲੱਗੀ ਹੋਈ ਆ? ਇੰਡਕਟਰ ਕੋਇਲ। ਜਦੋਂ ਮੈਂ ਇਸ ਬੈਟਰੀ ਦੇ ਥਰੂ ਕਰੰਟ ਪ੍ਰੋਵਾਈਡ ਕੀਤਾ, ਹੁਣ ਕਿਉਂਕਿ ਸਰਕਿਟ ਤਾਂ ਮੇਰਾ ਕਲੋਜ਼ਡ ਆ, ਸੋ ਜਿਹੜਾ ਕਰੰਟ ਆ ਪੂਰੇ ਸਰਕਿਟ ਵਿੱਚ ਫਲੋ ਕਰਨਾ ਸਟਾਰਟ ਕਰ ਗਿਆ, ਔਰ ਹੌਲੀ ਹੌਲੀ ਕਰੰਟ ਕੀ ਹੋਈ ਜਾਣਾ, ਹਰ ਇੱਕ ਸਾਈਕਲ ਦੇ ਵਿੱਚ ਕਰਨਾ ਸ਼ੁਰੂ ਹੋਣਾ ਇਨਕਰੀਜ਼। ਸੋ ਜਿਹਦੇ ਦਾ ਕਰੰਟ ਇਨਕਰੀਜ਼ ਹੋਈ ਜਾਂਦਾ ਇਸ ਸਾਈਕਲ ਦੇ ਵਿੱਚ, ਜਿਹੜੀ ਆ ਇੰਡਕਟਰ ਆ ਇਹਦੇ ਕੋਰਸਪੋਂਡਿੰਗ ਜਿਹੜੀ ਮੈਗਨੈਟਿਕ ਫੀਲਡ ਆ ਉਹ ਵੀ ਕਹਿ ਲਓ ਜਾਂ ਮੈਗਨੈਟਿਕ ਫਲਕਸ ਕਹਿ ਲਓ, ਉਹ ਇਨਕਰੀਜ਼ ਹੋਣੀ ਸ਼ੁਰੂ ਹੋ ਜਾਣੀ। ਮੈਗਨੈਟਿਕ ਫਲਕਸ ਇਨਕਰੀਜ਼ ਹੋ ਗਈ, ਉਹਨੇ ਕੀ ਜਨਰੇਟ ਕਰ ਦੇਣਾ? ਇੰਡਿਊਸਡ EMF ਇਨ ਦਾ ਓਪੋਜ਼ਿਟ ਡਾਇਰੈਕਸ਼ਨ ਆਫ ਬੈਟਰੀ ਕਰੰਟ। ਉਸ ਇੰਡਿਊਸਡ EMF ਨੇ ਕੀ ਜਨਰੇਟ ਕਰਨਾ? ਇੰਡਿਊਸਡ ਕਰੰਟ, ਉਹ ਵੀ ਇਨ ਦਾ ਓਪੋਜ਼ਿਟ ਡਾਇਰੈਕਸ਼ਨ ਆਫ ਬੈਟਰੀ ਕਰੰਟ। ਔਰ ਵੈਸੇ ਵੀ ਆਪਾਂ ਨੂੰ ਪਤਾ ਹੀ ਆ ਅਕੋਰਡਿੰਗ ਟੂ ਲੈਂਸ ਲਾਅ ਕਿ ਜਿਹੜੀ ਮੈਗਨੈਟਿਕ ਫਲਕਸ ਆ ਔਰ ਜਿਹੜਾ ਇੰਡਿਊਸਡ ਕਰੰਟ ਆ ਦੋਨੇ ਓਪੋਜ਼ਿਟ ਡਾਇਰੈਕਸ਼ਨ ਵਿੱਚ ਹੁੰਦੇ ਆ, ਮੀਨਸ ਕਿ ਜਿਹੜਾ ਇੰਡਿਊਸਡ ਕਰੰਟ ਆ ਉਹ ਅਪੋਜ਼ ਕਰਦਾ ਮੈਗਨੈਟਿਕ ਫਲਕਸ ਨੂੰ। ਸੋ ਜਦੋਂ ਮੇਰਾ ਸਰਕਿਟ ਕਲੋਜ਼ ਹੋਊਗਾ, ਬੈਟਰੀ ਰਾਹੀਂ ਕਰੰਟ ਪ੍ਰੋਵਾਈਡ ਕੀਤਾ, ਕਰੰਟ ਨੇ ਇਨਕਰੀਜ਼ ਕਰਨਾ ਸ਼ੁਰੂ ਕਰ ਦੇਣਾ, ਜਿਹਦੇ ਕਾਰਨ ਕੀ ਹੋਣੀ ਹੈ ਇੱਥੇ ਮੈਗਨੈਟਿਕ ਫਲਕਸ ਦੀ ਵੈਲਿਊ ਕੀ ਹੋ ਜਾਣੀ ਹੈ? ਇਨਕਰੀਜ਼। ਮੈਗਨੈਟਿਕ ਫਲਕਸ ਇਨਕਰੀਜ਼ ਹੋਣ ਦੇ ਨਾਲ ਜਿਹੜਾ ਮੇਰਾ ਇੰਡਿਊਸਡ ਕਰੰਟ ਆ ਉਹ ਫਲੋ ਕਰੂਗਾ, ਬਟ ਇਨ ਦਾ ਓਪੋਜ਼ਿਟ ਡਾਇਰੈਕਸ਼ਨ ਆਫ ਬੈਟਰੀ ਕਰੰਟ। ਸੈਕਿੰਡ ਡਾਇਗ੍ਰਾਮ ਹੈਗਾ ਵੈਨ ਸਰਕਿਟ ਇਜ਼ ਓਪਨ, ਜਦੋਂ ਮੇਰਾ ਸਰਕਿਟ ਕੀ ਆ ਓਪਨ, ਉਸ ਟਾਈਮ 'ਤੇ ਜਦੋਂ ਮੇਰਾ ਸਰਕਿਟ ਓਪਨ ਆ ਤਾਂ ਜਿਹੜਾ ਕਰੰਟ ਆ ਜਿਹੜਾ ਇੰਨਾ ਜ਼ਿਆਦਾ ਸਰਕਿਟ ਵਿੱਚ ਫਲੋ ਹੀ ਨਹੀਂ ਕਰ ਰਿਹਾ। ਠੀਕ ਆ, ਇੰਨਾ ਜ਼ਿਆਦਾ ਫਲੋ ਨਹੀਂ ਕਰ ਰਿਹਾ, ਸੋ ਦੈਟ ਮੀਨਸ ਇੱਥੇ ਜਿਹੜੀ ਮੇਰੀ ਮੈਗਨੈਟਿਕ ਫਲਕਸ ਦੀ ਵੈਲਿਊ ਆ ਉਹ ਕੀ ਕਰ ਗਈ ਆ? ਡਿਕਰੀਜ਼। ਮੈਗਨੈਟਿਕ ਫਲਕਸ ਡਿਕਰੀਜ਼ ਹੋਣ ਦੇ ਨਾਲ ਜਿਹੜਾ ਮੇਰਾ ਇੰਡਿਊਸਡ ਕਰੰਟ ਆ ਉਹ ਸੇਮ ਡਾਇਰੈਕਸ਼ਨ ਦੇ ਵਿੱਚ, ਜਿਸ ਡਾਇਰੈਕਸ਼ਨ ਵਿੱਚ ਬੈਟਰੀ ਕਰੰਟ ਫਲੋ ਕਰ ਰਿਹਾ ਸੇਮ ਉਸੇ ਹੀ ਡਾਇਰੈਕਸ਼ਨ ਦੇ ਵਿੱਚ ਹੀ ਕਰੂਗਾ, ਫਲੋ ਕਰੂਗਾ। ਠੀਕ, ਸੋ ਇਹ ਸੀਗੇ ਆਪਣੇ ਦੋ ਡਾਇਗ੍ਰਾਮ। ਹੁਣ ਆਪਾਂ ਕਰਾਂਗੇ ਕੋਫੀਸ਼ੈਂਟ ਆਫ ਸੈਲਫ ਇੰਡਕਸ਼ਨ। ਮੰਨ ਲਓ ਹੁਣ ਸਭ ਤੋਂ ਪਹਿਲਾਂ ਮੈਂ ਆਹੀ ਕੰਸੀਡਰ ਕਰ ਰਹੀ ਹਾਂ ਕਿ ਜਦੋਂ ਸਰਕਿਟ ਆ, ਸਰਕਿਟ ਜਦੋਂ ਮੈਂ ਕਲੋਜ਼ ਲਿਆ, ਜਦੋਂ ਇਹਦੇ ਵਿੱਚ ਆਈ ਕਰੰਟ ਫਲੋ ਕਰਨਾ ਸ਼ੁਰੂ ਕੀਤਾ ਸਰਕਿਟ ਦੇ ਵਿੱਚ, ਤਾਂ ਇਹਦੇ ਕੋਰਸਪੋਂਡਿੰਗ ਕੀ ਹੋ ਗਈ? ਫਲਕਸ ਕੋਈ ਹੋ ਗਈ ਅਰੇਂਜ, ਹੈ ਨਾ? ਫਲਕਸ ਦੀ ਵੈਲਿਊ ਇਨਕਰੀਜ਼ ਹੋਣੀ ਸ਼ੁਰੂ ਹੋ ਗਈ ਜਦੋਂ ਸਰਕਿਟ ਕਲੋਜ਼ ਹੋਇਆ, ਫਲਕਸ ਦੀ ਵੈਲਿਊ ਕੀ ਹੋ ਗਈ? ਇਨਕਰੀਜ਼ ਹੋਣੀ ਸ਼ੁਰੂ ਹੋ ਗਈ। ਐਟ ਐਨੀ ਇੰਸਟੈਂਟ ਟਾਈਮ ਟੀ, ਜੇ ਮੈਂ ਲਿਖਾਂ ਐਟ ਐਨੀ ਇੰਸਟੈਂਟ ਟਾਈਮ ਟੀ, ਮੈਗਨੈਟਿਕ ਫਲਕਸ
ਲਿੰਕ ਵਿਦ ਦਾ ਕੋਇਲ ਇਸ ਤੋ ਕਿਸੇ ਵੀ ਟਾਈਮ ਟੀ ਤੇ ਜਦੋਂ ਮੈਂ ਸਰਕਟ ਕਲੋਜ਼ ਕਰਤਾ ਸੋ ਜਿਹੜੀ ਇਹ ਕੋਇਲ ਹੈ ਇਹਦੇ ਕੋਰਸਪੋਂਡਿੰਗ ਜਿਹੜੀ ਮੈਗਨੈਟਿਕ ਫਲਕਸ ਆਈ ਉਹ ਕੀ ਆਊਗੀ ਆਪਣੇ ਕੋਲ ਫਾਈ ਵਿਚ ਇਜ਼ ਇਕੁਅਲਸ ਟੂ ਐਲ ਇੰਟੂ ਆਈ ਠੀਕ ਹੈ ਐਲ ਹੋ ਗਈ ਇੰਡਕਟੈਂਸ ਆਈ ਹੋ ਗਿਆ ਕਰੰਟ ਮਤਲਬ ਕਿ ਜਦੋਂ ਇੱਕ ਇੰਡਕਟਰ ਦੇ ਕੋਰਸਪੋਂਡਿੰਗ ਜਦੋਂ ਕਰੰਟ ਫਲੋ ਕਰੂਗਾ ਤਾਂ ਫਲਕਸ ਕਿਹਦੇ ਇਕੁਅਲ ਆ ਜੂਗੀ ਆਪਣੇ ਕੋਲ ਫਾਈ ਵਿਚ ਇਜ਼ ਇਕੁਅਲਸ ਟੂ ਐਲ ਇੰਟੂ ਆਈ ਹੁਣ ਆਪਾਂ ਨੂੰ ਪਤਾ ਕਿ ਜਦੋਂ ਜਿੱਦਾਂ ਇੱਦਾਂ ਕਰੰਟ ਦੀ ਵੈਲਿਊ ਵਿੱਚ ਚੇਂਜ ਆਈ ਜਾਊਗਾ ਮਤਲਬ ਜਾਂ ਫਿਰ ਮੈਂ ਕਹਿ ਸਕਦੀ ਹਾਂ ਮੈਗਨੈਟਿਕ ਫਲਕਸ ਦੀ ਵੈਲਿਊ ਵਿੱਚ ਚੇਂਜ ਆਈ ਜਾਊਗਾ ਸੋ ਮੇਰੇ ਕੋਲ ਕੀ ਹੋ ਜਾਣਾ ਪ੍ਰੋਡਿਊਸ ਈ ਐਮ ਐਫ ਸੋ ਉਹ ਈ ਐਮ ਐਫ ਕਿਹਦੇ ਇਕੁਅਲ ਆਊਗਾ ਵਿਚ ਇਜ਼ ਇਕੁਅਲਸ ਟੂ ਆਪਾਂ ਨੂੰ ਪਤਾ ਹੀ ਆ ਡੀ ਫਾਈ ਬਾਏ ਡੀ ਟੀ ਅਕੋਰਡਿੰਗ ਟੂ ਫੈਰਡੇਸ ਲਾਅ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਡੀ ਫਾਈ ਬਾਏ ਡੀ ਟੀ ਸੋ ਇਹਨੂੰ ਮੰਨ ਲਓ ਇਕੁਏਸ਼ਨ ਨੰਬਰ 1 ਇਹਨੂੰ ਮੰਨ ਲਈ ਆਪਾਂ ਇਕੁਏਸ਼ਨ ਨੰਬਰ 2 ਸੋ ਹੁਣ ਜਿਹੜੀ ਆਹ ਆਈ ਐਫ ਆਈ ਦੀ ਵੈਲਿਊ ਇਕੁਏਸ਼ਨ ਨੰਬਰ 1 ਉਹਨੂੰ ਇਹ ਚ ਵੈਲਿਊ ਚ ਪੁੱਟ ਕਰ ਦਿਓ ਇਕੁਏਸ਼ਨ ਨੰਬਰ 2 ਪੁੱਟ ਇਕੁਏਸ਼ਨ 1 ਇਨ ਇਕੁਏਸ਼ਨ 2 ਵੀ ਵਿਲ ਗੈਟ ਇਹ ਚ ਵੈਲਿਊ ਪੁੱਟ ਕੀਤੀ ਫਾਈ ਵਿਚ ਇਜ਼ ਇਕੁਅਲ ਟੂ ਮਾਈਨਸ ਡੀ ਬਾਈ ਡੀ ਟੀ ਐਲ ਇੰਟੂ ਆਈ ਸੋ ਐਲ ਤਾਂ ਮੇਰਾ ਕੋਂਸਟੈਂਟ ਆ ਵਿਚ ਇਜ਼ ਅ ਸੈਲਫ ਇੰਡਕਟੈਂਸ ਕੋਂਸਟੈਂਟ ਸੋ ਇਹ ਜਿਹੜਾ ਐਲ ਵਾ ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਸੈਲਫ ਇੰਡਕਟੈਂਸ ਕੋਂਸਟੈਂਟ ਜਾਂ ਫਿਰ ਸਿੰਪਲੀ ਇੰਡਕਟੈਂਸ ਵੀ ਕਹਿ ਦਿੰਦੇ ਹਾਂ ਠੀਕ ਕੋਫੀਸ਼ੈਂਟ ਆਫ ਸੈਲਫ ਇੰਡਕਟੈਂਸ ਵੀ ਇਹਨੂੰ ਹੀ ਕਹਿੰਦੇ ਹਾਂ ਐਲ ਨੂੰ ਸੋ ਆ ਗਿਆ ਡੀ ਬਾਏ ਡੀ ਟੀ ਐਲ ਆ ਗਿਆ ਮੇਰਾ ਬਾਹਰ ਕਿਉਂਕਿ ਉਹ ਤਾਂ ਕੋਂਸਟੈਂਟ ਆ ਇੱਥੇ ਕੀ ਆ ਗਿਆ ਆਈ ਵਿਚ ਇਜ਼ ਇਕੁਅਲਸ ਟੂ ਇੰਡਿਊਸਡ ਈ ਐਮ ਐਫ ਦੇ ਇਕੁਅਲ ਆ ਗਿਆ ਕਿ ਜਿਹੜਾ ਮੇਰਾ ਇੰਡਿਊਸਡ ਈ ਐਮ ਐਫ ਆ ਉਹ ਆ ਗਿਆ ਮਾਈਨਸ ਆਫ ਐਲ ਡੀ ਆਈ ਬਾਏ ਡੀ ਟੀ ਇਹਦੇ ਨਾਲ ਤੁਸੀਂ ਲਿਖ ਸਕਦੇ ਹੋ ਵੇਅਰ ਐਲ ਇਜ਼ ਜਾਂ ਤਾਂ ਆਹ ਵਾਲਾ ਕੰਸੈਪਟ ਕਿਵੇਂ ਆਇਆ ਸੀ ਇੱਥੇ ਤਾਂ ਪਤਾ ਹੀ ਆਪਾਂ ਨੂੰ ਫਾਈ ਵਿਚ ਇਜ਼ ਇਕੁਅਲਸ ਟੂ ਐਲ ਆਈ ਕਿਵੇਂ ਆਇਆ ਸੀ ਕਿ ਜਿੰਨਾ ਮਤਲਬ ਕਰੰਟ ਇਨਕਰੀਜ਼ ਹੋਈ ਜਾਂਦਾ ਬੈਟਰੀ ਕਰੰਟ ਜਿੰਨਾ ਇਨਕਰੀਜ਼ ਹੋਈ ਜਾਂਦਾ ਓਨੀ ਹੀ ਫਲਕਸ ਇਨਕਰੀਜ਼ ਹੋਈ ਜਾਣੀ ਆ ਮਤਲਬ ਕਿ ਜਿਹੜੀ ਮੇਰੀ ਫਾਈ ਸੀਗੀ ਉਹ ਕੀ ਸੀ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਆਈ ਸੀ ਨਾ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਆਈ ਸੋ ਦੈਟ ਮੀਨਸ ਇਸ ਪ੍ਰੋਪੋਰਸ਼ਨਲ ਨੂੰ ਹਟਾਉਣ ਲਈ ਮੈਂ ਇੱਥੇ ਐਲ ਲਗਾ ਦਿੱਤੀ ਸੀ ਵੇ ਵਿਚ ਇਜ਼ ਐਲ ਵੇਅਰ ਐਲ ਕੀ ਸੀਗੀ ਆਪਣੇ ਕੋਲ ਕੋਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਕਿਉਂਕਿ ਫਾਈ ਜਿਹੜੀ ਸੀ ਉਹ ਆਈ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਠੀਕ ਹੈ ਸੋ ਜਦੋਂ ਇਹ ਪ੍ਰੋਪੋਰਸ਼ਨੈਲਿਟੀ ਸਾਈਨ ਨੂੰ ਮੈਂ ਹਟਾਇਆ ਤੇ ਇਹਦੀ ਜਗ੍ਹਾ ਤੇ ਮੈਂ ਕੀ ਲਾ ਦਿੱਤਾ ਐਲ ਸੋ ਦੈਟ ਮੀਨਸ ਐਲ ਇਜ਼ ਕੋਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਵੀ ਆਪਾਂ ਕਹਿ ਸਕਦੇ ਹਾਂ ਠੀਕ ਹੈ ਔਰ ਐਲ ਨੂੰ ਕੀ ਕਹਿ ਸਕਦੇ ਹਾਂ ਆਪਾਂ ਕੋਫੀਸ਼ੈਂਟ ਆਫ ਸੈਲਫ ਇੰਡਕਟੈਂਸ ਠੀਕ ਹੈ ਕੋਫੀਸ਼ੈਂਟ ਆਫ ਸੈਲਫ ਇੰਡਕਟੈਂਸ ਹੁਣ ਆਹ ਵਾਲੀ ਇਕੁਏਸ਼ਨ ਜੇ ਆਪਾਂ ਦੇਖੀਏ ਔਰ ਆਹ ਵਾਲੀ ਇਕੁਏਸ਼ਨ ਦੇਖੀਏ ਇਹਨਾਂ ਦੋਨਾਂ ਨੂੰ ਜੇ ਮੰਨ ਲਓ ਹੁਣ ਇਹਨੂੰ ਮੰਨ ਲਓ ਇਕੁਏਸ਼ਨ ਨੰਬਰ 3 ਨਾਓ ਫਰੋਮ ਇਕੁਏਸ਼ਨ 1 ਜੇ ਇਫ ਆਈ ਇਜ਼ ਇਕੁਅਲਸ ਟੂ 1 ਲੈ ਲਾਂ ਮੈਂ ਇਫ ਆਈ ਇਜ਼ ਇਕੁਅਲਸ ਟੂ 1 ਮਤਲਬ ਕਿ ਜਿਹੜਾ ਕਰੰਟ ਫਲੋ ਕਰ ਰਿਹਾ ਉਹ 1 ਯੂਨਿਟ 1 ਐਂਪੀਅਰ ਆ ਜਿਹੜਾ ਉਹ ਫਲੋ ਕਰ ਰਿਹਾ ਸਰਕਟ ਦੇ ਵਿੱਚ ਦੈਨ ਮੇਰੇ ਕੋਲ ਫਾਈ ਕਿਹਦੇ ਇਕੁਅਲ ਆ ਗਈ ਐਲ ਦੇ ਸੋ ਦੈਨ ਫਾਈ ਇਜ਼ ਇਕੁਅਲਸ ਟੂ ਐਲ ਸੋ ਆਹ ਵਾਲੀ ਐਕਸਪ੍ਰੈਸ਼ਨ ਤੋਂ ਕੀ ਕਲੀਅਰ ਹੋ ਰਿਹਾ ਕਿ ਜਿਹੜਾ ਮੇਰਾ ਸੈਲਫ ਇੰਡਕਟੈਂਸ ਆ ਉਹ ਨੂਮੈਰੀਕਲੀ ਇਕੁਅਲ ਹੋਊਗਾ ਕਿਹਦੇ ਮੈਗਨੈਟਿਕ ਫਲਕਸ ਦੇ ਕਦੋਂ ਵੈਨ ਆ ਯੂਨਿਟ ਕਰੰਟ ਫਲੋ ਥਰੂ ਇਨ ਇਟ
ਵੀ ਮਤਲਬ ਜਦੋਂ ਮੇਰਾ ਪੂਰੇ ਸਰਕਟ ਦੇ ਵਿੱਚ 1 ਐਂਪੀਅਰ ਕਰੰਟ ਫਲੋ ਕਰੂਗਾ, ਉਸ ਟਾਈਮ ਤੇ ਜਿਹੜਾ ਮੇਰੇ ਕੋਲ ਸੈਲਫ ਇੰਡਕਟੈਂਸ ਹੋਊਗਾ ਕਿਹਦੇ ਇਕੁਅਲ ਹੋਊਗਾ, ਉਸ ਸਰਕਟ ਦੀ ਮੈਗਨੈਟਿਕ ਫਲਕਸ ਦੇ। ਠੀਕ, ਹੁਣ ਆਹ ਵਾਲੀ ਇਕੁਏਸ਼ਨ ਦੇਖੋ ਫਰੋਮ ਇਕੁਏਸ਼ਨ 3। ਫਰੋਮ ਇਕੁਏਸ਼ਨ 3 ਆਪਣੇ ਕੋਲ ਕੀ ਆਇਆ, ਇਹਦੇ ਵਿੱਚ ਵੀ ਜੇ ਆਪਾਂ ਲੈ ਲਈਏ ਇਫ ਡੀ ਆਈ ਬਾਈ ਡੀ ਟੀ ਇਜ ਇਕੁਅਲਸ ਟੂ 1, ਜੇ ਇਹਦੇ ਵਿੱਚ ਵੀ ਡੀ ਆਈ ਬਾਈ ਡੀ ਟੀ ਦੀ ਜਗ੍ਹਾ ਮੈਂ ਇਕੁਅਲ ਟੂ 1 ਲੈ ਲਾਂ ਤਾਂ ਮੇਰੇ ਕੋਲ ਕੀ ਆ ਗਿਆ, ਈ ਐਮ ਐਫ ਵਿਚ ਇਜ ਇਕੁਅਲਸ ਟੂ ਮਾਈਨਸ ਆਫ ਐਲ। ਸੋ ਈ ਐਮ ਐਫ ਵਿਚ ਇਜ ਇਕੁਅਲਸ ਟੂ ਮਾਈਨਸ ਆਫ ਐਲ। ਸੋ ਸੈਲਫ ਇੰਡਕਟੈਂਸ ਇੱਕ ਤਾਂ ਮੈਂ ਕੀਤਾ ਸੀ ਫਾਈ ਦੇ ਨਾਲ, ਹੈ ਨਾ, ਉਹਦਾ ਕਿਵੇਂ ਲਿੰਕ ਹੈਗਾ ਵਾ। ਹੁਣ ਮੈਂ ਉਹਨੂੰ ਈ ਐਮ ਐਫ ਦੇ ਕੇਸ ਵਿੱਚ ਦੇਖਦੀ ਹਾਂ ਕਿ ਈ ਐਮ ਐਫ ਦੇ ਨਾਲ ਸੈਲਫ ਇੰਡਕਟੈਂਸ ਕਿਵੇਂ ਉਹ ਕਰਦਾ ਪਿਆ ਵਾ। ਕਹਿੰਦੇ ਜੇਕਰ ਸੈਲਫ ਇੰਡਕਟੈਂਸ ਆ ਉਹ ਨੂਮੈਰੀਕਲੀ ਇਕੁਅਲ ਹੋਊਗਾ ਮਗ ਈ ਐਮ ਐਫ ਦੇ, ਇੰਡਿਊਸਡ ਈ ਐਮ ਐਫ ਦੇ, ਵੈਨ ਜਦੋਂ ਰੇਟ ਆਫ ਚੇਂਜ ਆ ਜਿਹੜਾ ਕਰੰਟ ਦੇ ਵਿੱਚ ਜਿਹੜਾ ਚੇਂਜ ਆ ਰਿਹਾ ਵਿਦ ਰਿਸਪੈਕਟ ਟੂ ਟਾਈਮ, ਉਹ ਕੀ ਹੋਊਗਾ 1। ਮਤਲਬ ਕਿ ਜਦੋਂ ਸਰਕਟ ਦੇ ਵਿੱਚ 1 ਯੂਨਿਟ ਕਰੰਟ ਫਲੋ ਕਰ ਰਿਹਾ ਉਸ ਟਾਈਮ 'ਤੇ ਜਿਹੜੀ ਆਪਣੇ ਕੋਲ ਸੈਲਫ ਇੰਡਕਟੈਂਸ ਆ ਉਹ ਮੈਗਨੈਟਿਕ ਫਲਕਸ ਦੇ ਇਕੁਅਲ ਆ ਜਾਣੀ, ਜਦੋਂ ਜਿਹੜਾ ਰੇਟ ਆਫ ਚੇਂਜ ਆ ਰਿਹਾ ਕਰੰਟ ਦੇ ਵਿੱਚ ਮਤਲਬ ਕਰੰਟ ਦੇ ਵਿੱਚ ਵਿਦ ਰਿਸਪੈਕਟ ਟੂ ਟਾਈਮ ਜਿਹੜਾ ਚੇਂਜ ਆਉਣਾ ਉਹ ਮੈਂ 1 ਲੈ ਲਵਾਂ, ਤਾਂ ਉਸ ਟਾਈਮ 'ਤੇ ਜਿਹੜਾ ਮੇਰੇ ਕੋਲ ਸੈਲਫ ਇੰਡਕਟੈਂਸ ਆ ਉਹ ਕਿਹਦੇ ਇਕੁਅਲ ਹੋਊਗਾ, ਇੰਡਿਊਸਡ ਈ ਐਮ ਐਫ ਵਿਚ ਇਜ਼ ਪ੍ਰੋਡਿਊਸ ਇਨ ਦਾ ਸਰਕਟ, ਮਤਲਬ ਜਿਹੜਾ ਈ ਐਮ ਐਫ ਸਰਕਟ ਦੇ ਵਿੱਚ ਕੀ ਹੋ ਰਿਹਾ ਫਲੋ ਕਰ ਰਿਹਾ, ਸੋ ਪ੍ਰੋਡਿਊਸ ਹੋ ਰਿਹਾ। ਸੋ ਹੁਣ ਆਪਾਂ ਕਰਦੇ ਹਾਂ ਇਹਦੀ, ਇਹ ਸੀਗਾ ਆਪਣੇ ਕੋਲ ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ ਬਾਰੇ ਥੋੜ੍ਹਾ ਜਿਹਾ। ਵੀ ਸਭ ਤੋਂ ਪਹਿਲਾਂ ਇੱਕ ਵਾਰੀ ਮੈਂ ਦੁਬਾਰਾ ਪੂਰੀ ਡੈਰੀਵੇਸ਼ਨ ਰਿਪੀਟ ਕਰ ਦਿੰਦੀ ਹਾਂ। ਸਭ ਤੋਂ ਪਹਿਲਾਂ ਮੈਂ ਦੇਖਿਆ ਸੀਗਾ ਇਸ ਇਹਦੇ ਵਿੱਚ ਕਿ ਜਿੱਦਾਂ ਦਾ ਕਰੰਟ ਫਲੋ ਕਰਦਾ ਓਨਾ ਹੀ ਮੇਰੇ ਕੋਲ ਫਲਕਸ ਵਿੱਚ ਚੇਂਜ ਆਉਂਦਾ, ਓਨਾ ਹੀ ਮੇਰੇ ਕੋਲ ਇੰਡਿਊਸਡ ਕਰੰਟ ਹੁੰਦਾ ਵਾ। ਠੀਕ ਆ, ਸੋ ਫਾਈ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਆਈ। ਠੀਕ ਹੈ, ਉਸ ਤੋਂ ਬਾਅਦ ਇਸ ਪ੍ਰੋਪੋਰਸ਼ਨੈਲਿਟੀ ਨੂੰ ਹਟਾਉਣ ਲਈ ਮੈਂ ਕੀ ਲਾਤਾ ਕੋਈ ਐਲ, ਐਲ ਕੀ ਹੈ ਇੱਕ ਤਰ੍ਹਾਂ ਦਾ ਕੋਫੀਸ਼ੀਐਂਟ ਆਫ ਸੈਲਫ ਇੰਡਕਟੈਂਸ ਵੀ ਕਹਿ ਦਿੰਦੇ ਆ, ਔਰ ਜਾਂ ਐਲ ਇਜ਼ ਅ ਕੋਂਸਟੈਂਟ ਪ੍ਰੋਪੋਰਸ਼ਨੈਲਿਟੀ ਜਾਂ ਸਿੰਪਲੀ ਇੰਡਕਟੈਂਸ ਵੀ ਕਹਿ ਦਿੰਦੇ ਆ। ਉਸ ਤੋਂ ਬਾਅਦ ਮੈਨੂੰ ਪਤਾ ਵਾ ਕਿ ਜੇ ਕਰੰਟ ਦੇ ਜਿੰਨਾ ਕਰੰਟ ਵਿੱਚ ਚੇਂਜ ਆਊ ਜਿੰਨਾ ਫਲਕਸ ਵਿੱਚ ਚੇਂਜ ਆਊ ਓਨਾ ਹੀ ਕੀ ਹੋਣੀ ਹੈ, ਈ ਐਮ ਐਫ ਇੰਡਿਊਸਡ ਹੋਣੀ ਆ। ਸੋ ਈ ਐਮ ਐਫ ਵਿਚ ਇਜ਼ ਇਕੁਅਲ ਟੂ ਮਾਈਨਸ ਡੀ ਫਾਈ ਬਾਈ ਡੀ ਟੀ, ਇਹ ਇੱਥੇ ਆਪਾਂ ਫਾਈ ਦੀ ਕੀ ਆਵਲੀ ਵੈਲਿਊ ਪੁੱਟ ਕਰ ਦਿੱਤੀ। ਉਸ ਤੋਂ ਬਾਅਦ ਐਲ ਤਾਂ ਆਪਾਂ ਨੂੰ ਪਤਾ ਕੋਂਸਟੈਂਟ ਆ, ਸੋ ਐਲ ਮੈਂ ਕੀ ਕਰ ਲਿਆ 12, ਸੋ ਡੀ ਆਈ ਬਾਈ ਕੀ ਆ ਗਿਆ ਡੀ ਟੀ। ਉਸ ਤੋਂ ਬਾਅਦ ਪਹਿਲੀ ਇਕੁਏਸ਼ਨ ਤੋਂ ਜੇ ਮੈਂ ਕਰੰਟ ਦੀ ਵੈਲਿਊ 1 ਲੈ ਕੇ ਦੇਖੀ ਤਾਂ ਮੈਂ ਇਹ ਫਾਈਂਡ ਕੀਤਾ ਕਿ ਜਿਹੜੀ ਸੈਲਫ ਇੰਡਕਟੈਂਸ ਆ ਉਹ ਮੈਗਨੈਟਿਕ ਫਲਕਸ ਦੇ ਇਕੁਅਲ ਹੋਊਗੀ ਜਦੋਂ 1 ਐਂਪੀਅਰ ਕਰੰਟ ਫਲੋ ਕਰੂਗਾ, ਔਰ ਆਹ ਵਾਲੀ ਇਕੁਏਸ਼ਨ ਤੋਂ ਮੈਂ ਕੀ ਦੇਖਿਆ ਕਿ ਜਦੋਂ ਮੇਰੇ ਕੋਲ ਜਿਹੜਾ ਰੇਟ ਆਫ ਚੇਂਜ ਆਫ ਕਰੰਟ ਆ 1 ਐਂਪੀਅਰ ਹੋਊਗਾ ਤਾਂ ਉਸ ਟਾਈਮ 'ਤੇ ਜਿਹੜੀ ਮੇਰੇ ਕੋਲ ਮੈਗਨੈਟਿਕ ਫਲਕਸ ਆਹ ਵਾ ਸੈਲਫ ਇੰਡਕਟੈਂਸ ਆ ਉਹ ਕਿਹਦੇ ਇਕੁਅਲ ਹੋਊਗੀ, ਇੰਡਿਊਸਡ ਈ ਐਮ ਐਫ ਦੇ। ਠੀਕ ਹੈ, ਇਹ ਹੋ ਗਿਆ ਆਪਣੇ ਕੋਲ ਕੰਸੈਪਟ ਸੈਲਫ ਇੰਡਕਟੈਂਸ ਦਾ ਕੋਫੀਸ਼ੀਐਂਟ ਦਾ। ਹੁਣ ਆਪਣੇ ਕੋਲ ਆ ਗਏ ਇਹਦੀ ਐਸ ਆਈ ਯੂਨਿਟ, ਔਰ ਇਹਦੀਆਂ ਡਾਇਮੈਂਸ਼ਨਸ ਕੀ ਹੁੰਦੀਆਂ, ਇਹਦੀ ਸੈਲਫ ਇੰਡਕਟੈਂਸ ਦੀ ਐਸ ਆਈ ਯੂਨਿਟ ਕੀ ਹੁੰਦੀ ਆ, ਆਪਾਂ ਹੁਣ ਉਹ ਡਿਸਕਸ ਕਰਦੇ ਹਾਂ। ਠੀਕ ਹੈ, ਐਸ ਆਈ ਯੂਨਿਟ ਆਫ ਐਲ ਦੈਟ ਇਜ਼ ਸੈਲਫ ਇੰਡਕਟੈਂਸ। ਦੇਖੋ ਜਿਹੜਾ ਆਪਾਂ ਹੁਣੇ ਰਿਲੇਸ਼ਨ ਫਾਈਂਡ ਕੀਤਾ ਹੈ ਨਾ, ਈ ਐਮ ਐਫ ਕਿਹਦੇ ਇਕੁਅਲ ਆ, ਈ ਐਮ ਐਫ ਕਿਸ ਚੀਜ਼ ਦੇ ਇਕੁਅਲ ਆ, ਐਲ ਜੇ ਆਪਾਂ ਇਹਨੂੰ ਮੈਗਨੀਟਿਊਡ ਦੀ ਫੋਰਮ 'ਚ ਦੇਖੀਏ ਐਲ ਡੀ ਆਈ ਬਾਈ ਡੀ ਟੀ, ਇਹੀ ਸੀ ਮੈਗਨੀਟਿਊਡ। ਉੱਥੇ ਮੈਂ ਸਿੰਪਲ ਲੈ ਲਿਆ ਸੀਗਾ ਨੈਗੇਟਿਵ ਸਾਈਨ, ਬਟ ਹੁਣ ਮੈਂ ਇੱਥੇ ਮੈਗਨੀਟਿਊਡ ਦੀ ਫੋਰਮ 'ਚ ਕੰਸੀਡਰ ਕਰ ਰਹੀ ਹਾਂ, ਸੋ ਇਸ ਕਰਕੇ ਨੈਗੇਟਿਵ ਸਾਈਨ ਨਹੀਂ ਆਉਣਾ। ਸੋ ਮੈਗਨੀਟਿਊਡ ਆਫ ਈ ਐਮ ਐਫ ਵਿਚ ਇਜ਼ ਇਕੁਅਲਸ ਟੂ ਐਲ ਇੰਟੂ ਡੀ ਆਈ ਬਾਈ ਡੀ ਟੀ। ਆਪਾਂ ਕੱਢਣੀ ਆ ਯੂਨਿਟ ਆਫ ਐਲ, ਮਤਲਬ ਸੈਲਫ ਇੰਡਕਟੈਂਸ, ਤਾਂ ਉਹਨੂੰ ਇੱਕ ਸਾਈਡ ਰੱਖ ਲਓ, ਬਾਕੀ ਸਾਰੀ ਦੂਸਰੀ ਸਾਈਡ ਚਲੇ ਗਈ। ਤੋ ਮੇਰੇ ਕੋਲ ਕੀ ਆ ਜੂ, ਈ ਐਮ ਐਫ ਡਿਵਾਈਡ ਬਾਏ ਡੀ ਆਈ ਬਾਏ ਡੀ ਟੀ ਵਿਚ ਇਜ਼ ਇਕੁਅਲਸ ਟੂ ਐਲ, ਔਰ ਇਹਨੂੰ ਉਸੇ ਤਰੀਕੇ ਨਾਲ ਮੈਂ ਇੱਧਰ ਲਿਖ ਲਓ,
ਐਲ ਆ ਗਿਆ ਈ ਐਮ ਐਫ ਬਾਏ ਡੀ ਆਈ ਬਾਏ ਡੀ ਟੀ। ਹੁਣ ਆਪਾਂ ਨੂੰ ਪਤਾ ਈ ਐਮ ਐਫ ਕੀ ਹੁੰਦੀ ਹੈ, ਇੱਕ ਤਰ੍ਹਾਂ ਦੀ ਵੋਲਟੇਜ ਹੀ ਹੁੰਦੀ ਹੈ, ਸੋ ਇਹਦੀ ਜਿਹੜੀ ਯੂਨਿਟਸ ਕੀ ਹੁੰਦੀ ਆ ਵੋਲਟ। ਡੀ ਆਈ ਬਾਏ ਡੀ ਟੀ ਆਈ ਦੀ ਹੁੰਦੀ ਆ ਐਮਪੀਅਰ, ਐਮਪੀਅਰ ਡੀ ਟੀ ਮਤਲਬ ਟਾਈਮ ਸੈਕਿੰਡਸ ਦੇ ਵਿੱਚ, ਤੋ ਇਹ ਪਰ ਡਿਵਾਈਡ ਦੇ ਵਿੱਚ ਵਾ ਤੋ ਪਰ ਸੈਕਿੰਡ ਆ ਗਿਆ। ਤੋ ਇਹ ਮੇਰੇ ਕੋਲ ਬਣ ਕੀ ਗਈ 1 ਵੋਲਟ ਐਮਪੀਅਰ, ਉੱਪਰ ਆ ਕੇ ਕੀ ਹੋ ਜੂਗਾ ਮਾਈਨਸ ਦਾ, ਐਂਡ ਸੈਕਿੰਡ ਕੀ ਹੋ ਗਿਆ ਆਪਣੇ ਕੋਲ ਪੋਜ਼ਿਟਿਵ ਦਾ। 1 ਵੋਲਟ ਪਰ ਐਮਪੀਅਰ ਸੈਕਿੰਡ, ਜਾਂ ਇਹਨੂੰ ਐਵੇਂ ਵੀ ਲਿਖ ਸਕਦੇ ਹਾਂ 1 ਵੋਲਟ ਸੈਕਿੰਡ ਪਰ ਐਮਪੀਅਰ। ਠੀਕ ਹੈ, 1 ਵੋਲਟ ਸੈਕਿੰਡ ਪਰ ਐਮਪੀਅਰ, ਔਰ ਇਹ ਸਾਰੀ ਕਿਹਦੇ ਇਕੁਅਲ ਹੁੰਦੀ ਆ, ਵਿਚ ਇਜ਼ ਇਕੁਅਲਸ ਟੂ 1 ਹੈਨਰੀ। ਸੋ ਜਿਹੜੀ ਆਪਣੇ ਕੋਲ ਐਸ ਆਈ ਯੂਨਿਟ ਆ ਗਈ ਸੈਲਫ ਇੰਡਕਟੈਂਸ ਦੀ, ਉਹ ਕੀ ਆ ਗਈ 1 ਹੈਨਰੀ। ਹੈਨਰੀ ਇਜ਼ ਦਾ ਐਸ ਆਈ ਯੂਨਿਟ ਆਫ ਇੰਡਕਟੈਂਸ, ਚਾਹੇ ਉਹ ਸੈਲਫ ਇੰਡਕਟੈਂਸ ਹੋਵੇ ਚਾਹੇ ਉਹ ਮਿਊਚੁਅਲ ਇੰਡਕਟੈਂਸ ਹੋਵੇ। ਸੋ ਦੋਨਾਂ ਦੀ ਜਿਹੜੀ ਯੂਨਿਟ ਆ ਮਤਲਬ ਇੰਡਕਟੈਂਸ ਦੀ ਯੂਨਿਟ ਆ ਉਹ ਕੀ ਹੁੰਦੀ ਆ ਆਪਣੇ ਕੋਲ ਹੈਨਰੀ। ਔਰ ਜੇ ਇਹਨੂੰ ਫਰਦਰ ਦੂਸਰੀ ਫੋਰਮ 'ਚ ਦੇਖਣਾ ਹੋਵੇ ਤਾਂ 1 ਹੈਨਰੀ ਜਿਹੜਾ ਹੁੰਦਾ ਵਾ 1 ਹੈਨਰੀ ਇਹਦੇ ਇਕੁਅਲ ਆ। ਹੁਣ ਦੇਖੋ 1 ਹੈਨਰੀ ਇਜ਼ ਇਕੁਅਲਸ ਟੂ ਕੀ ਆਇਆ ਮੇਰੇ ਕੋਲ 1 ਵੋਲਟ ਸੈਕਿੰਡ ਪਰ ਐਮਪੀਅਰ। ਆਹ ਜਿਹੜੀ ਇੰਨੀ ਚੀਜ਼ ਆ ਕਿ 1 ਵੋਲਟ ਸੈਕਿੰਡ, ਇਹ ਜਿਹੜੀ ਚੀਜ਼ ਕੀ ਹੁੰਦੀ ਆ 1 ਵੈਬਰ, ਡਬਲਿਊ ਬੀ ਦੇ ਨਾਲ ਇਹਨੂੰ ਡਿਨੋਟ ਕਰਦੇ ਹਾਂ। ਠੀਕ ਹੈ, ਐਮਪੀਅਰ ਇਸਦੀ ਆਈ, ਮਤਲਬ ਕਿ ਜਿਹੜਾ ਮੇਰੇ ਕੋਲ 1 ਹੈਨਰੀ ਆ ਉਹ 1 ਵੈਬਰ ਪਰ ਐਮਪੀਅਰ ਦੇ ਇਕੁਅਲ ਵੀ ਹੁੰਦਾ। ਇਹ ਹੋ ਗਈ ਇਹਦੀ ਐਸ ਆਈ ਯੂਨਿਟ। ਹੁਣ ਆਪਾਂ ਫਾਈਂਡ ਕਰਦੇ ਹਾਂ ਇਹਦੀਆਂ ਡਾਇਮੈਂਸ਼ਨਸ। ਠੀਕ ਹੈ, ਡਾਇਮੈਂਸ਼ਨਸ ਆਫ ਸੈਲਫ ਇੰਡਕਟੈਂਸ ਦੇਖੋ। ਡਾਇਮੈਂਸ਼ਨਸ ਦੇ ਵਿੱਚ ਵੀ ਆਪਾਂ ਨੂੰ ਸਭ ਤੋਂ ਪਹਿਲਾਂ ਪਤਾ ਕਿ ਫਾਈ ਕਿਹਦੇ ਇਕੁਅਲ ਹੁੰਦਾ, ਐਲ ਇਨ ਟੂ ਆਈ। ਕਿਹਦੀ ਆਪਾਂ ਕੱਢਣੀ ਆ ਡਿਮੈਂਸ਼ਨ, ਸੈਲਫ ਇੰਡਕਟੈਂਸ ਵਿਚ ਇਜ਼ ਇਕੁਅਲਸ ਟੂ ਕਿਹਦੇ ਨਾਲ ਆਪਾਂ ਡਿਨੋਟ ਕਰਦੇ ਹਾਂ, ਐਲ ਦੇ ਨਾਲ। ਸੋ ਇੱਥੋਂ ਆਪਾਂ ਕੱਢੀ ਐਲ ਵਿਚ ਇਜ਼ ਇਕੁਅਲਸ ਟੂ ਫਾਈ ਬਾਏ ਆਈ। ਠੀਕ ਹੈ, ਆਹ ਆਈ ਆ ਜਿਹੜਾ ਇੱਧਰ ਮਲਟੀਪਲਾਈ ਹੋ ਰਹੀ ਸੀ, ਦੂਜੀ ਸਾਈਡ ਜਾ ਕੇ ਕੀ ਹੋ ਜੂਗਾ ਇਹਦੇ ਨੀਚੇ ਡਿਵਾਈਡ। ਸੋ ਆਪਣੇ ਕੋਲ ਫਾਈ ਦੀ ਵੈਲਿਊ ਕੀ ਆ, ਐਲ ਦੀ ਵੈਲਿਊ ਕੀ ਆ ਗਈ, ਫਾਈ ਡਿਵਾਈਡਡ ਬਾਏ ਆਈ। ਹੁਣ ਫਾਈ ਪਤਾ ਆਪਾਂ ਨੂੰ ਕੀ ਚੀਜ਼ ਹੁੰਦੀ ਆ, ਕਿਹਦੇ ਇਕੁਅਲ ਹੁੰਦੀ ਆ ਫਾਈ, ਫਾਈ ਹੁੰਦੀ ਆ ਬੀ ਇੰਟੂ ਏ, ਮਤਲਬ ਮੈਗਨੈਟਿਕ ਫੀਲਡ ਇੰਟੂ ਏਰੀਆ, ਪਤਾ ਹੀ ਆਪਾਂ ਨੂੰ ਫਾਈ ਦੀ ਵੈਲਿਊ ਦਾ, ਫਾਈ ਵਿਚ ਇਜ਼ ਇਕੁਅਲਸ ਟੂ ਬੀ ਏ ਦੇ ਇਕੁਅਲ ਹੁੰਦੀ ਆ, ਹੈ ਨਾ। ਸੋ ਫਾਈ ਦੀ ਅਗਰ ਤਾਂ ਉਹਦੀ ਵੈਲਿਊ ਪੁੱਟ ਕਰਤੀ ਬੀ ਇੰਟੂ ਏ। ਹੁਣ ਫਰਦਰ ਆਪਾਂ ਨੂੰ ਬੀ ਦੀ ਵੀ ਵੈਲਿਊ ਪਤਾ ਵਾ ਫਲਕਸ ਦੀਆਂ, ਇਹ ਨਾ ਮੈਂ ਸਾਰਾ ਉਦੋਂ ਡਰਾਈਵ ਕਰਾਇਆ ਸੀ ਜਦੋਂ ਆਪਾਂ ਫਲਕਸ ਬਾਰੇ ਡਿਸਕਸ ਕਰ ਰਹੇ ਸੀ ਕਿ ਫਲਕਸ ਕੀ ਆ, ਉਹਦੀਆਂ ਡਾਇਮੈਂਸ਼ਨ ਦੇ ਵਿੱਚ ਇਹ ਚੀਜ਼ ਆਪਾਂ ਕਰ ਚੁੱਕੇ ਹਾਂ, ਇੱਥੇ ਆਪਾਂ ਉਹੀ ਚੀਜ਼ ਦੁਬਾਰਾ ਕਰ ਰਹੇ ਹਾਂ। ਠੀਕ, ਸੋ ਬੀ ਇਨ ਟੂ ਏ ਡਿਵਾਈਡਿਡ ਬਾਏ ਆਈ। ਹੁਣ ਮੈਗਨੈਟਿਕ ਫੀਲਡ ਆ, ਆਪਾਂ ਨੂੰ ਪਤਾ ਜਦੋਂ ਵੀ ਯੂਨੀਫਾਰਮ ਮੈਗਨੈਟਿਕ ਫੀਲਡ ਹੁੰਦੀ ਆ ਉਹਦੇ ਵਿੱਚ ਜਿਹੜੀ ਫੋਰਸ ਹੁੰਦੀ ਆ ਉਹ ਕੀ ਹੁੰਦੀ ਆ, ਆਹ ਹੁੰਦੀ ਆ ਕਿਊ ਵੀ ਬੀ ਸਾਈਨ ਥੀਟਾ। ਇੱਥੋਂ ਆਪਾਂ ਮੈਗਨੈਟਿਕ ਫੀਲਡ ਦੀ ਵੈਲਿਊ ਕੱਢ ਲੈਂਦੇ ਹਾਂ, ਕੀ ਆ ਜੂਗੀ ਐਫ ਡਿਵਾਈਡਿਡ ਬਾਏ ਕਿਊ ਵੀ ਸਾਈਨ ਥੀਟਾ ਵਿਚ ਇਜ਼ ਇਕੁਅਲਸ ਟੂ ਬੀ। ਠੀਕ ਹੈ, ਐਫ ਬਾਏ ਕਿਊ ਵੀ ਸਾਈਨ ਥੀਟਾ ਇਕੁਅਲ ਟੂ ਕਿਹਦੇ ਆ ਗਈ, ਬੀ ਦੇ। ਸੋ ਇਹ ਵਾਲੀ ਵੈਲਿਊ ਆਪਾਂ ਬੀ ਦੀ ਇੱਥੇ ਪੁੱਟ ਕਰਦੇ ਹਾਂ, ਕੀ ਆ ਗਿਆ ਆਪਣੇ ਕੋਲ ਐਲ ਵਿਚ ਇਜ਼ ਇਕੁਅਲਸ ਟੂ ਐਫ ਡਿਵਾਈਡਿਡ ਬਾਏ ਕਿਊ ਵੀ ਸਾਈਨ ਥੀਟਾ ਇੰਟੂ ਏ। ਠੀਕ ਹੈ, ਹੁਣ ਐਫ, ਐਫ ਦੀ ਡਾਇਮੈਂਸ਼ਨਸ ਕੀ ਹੁੰਦੀਆਂ, ਜੇ ਆਪਾਂ ਐਫ ਦੀ ਡਾਇਮੈਂਸ਼ਨਸ ਦੇਖੀਏ, ਐਫ ਦੀਆਂ ਡਾਇਮੈਂਸ਼ਨਸ ਕੀ ਹੁੰਦੀਆਂ ਦੇਖੋ। ਡਾਇਮੈਂਸ਼ਨਸ ਨੂੰ ਨਾ ਕੱਢਣ ਦੇ ਲਈ ਬਹੁਤ ਈਜ਼ੀ ਮੈਥਡ ਹੁੰਦਾ ਕਿ ਤੁਸੀਂ ਉਹਦੇ ਬੇਸਿਕ ਤੋਂ ਚੱਲੋ। ਠੀਕ ਹੈ, ਹੁਣ ਮੈਨੂੰ ਫੋਰਸ ਦਾ, ਮੰਨ ਲਓ ਮੈਨੂੰ ਫੋਰਸ ਦੀ ਡਾਇਮੈਂਸ਼ਨ ਪਤਾ ਹੀ ਨਹੀਂ ਕੀ ਚੀਜ਼ ਆ, ਤਾਂ ਮੈਂ ਕਿਵੇਂ ਸੋਲਵ ਕਰੂੰਗੀ ਫੋਰਸ ਦੀ ਡਾਇਮੈਂਸ਼ਨ। ਦੇਖੋ
ਮੈਨੂੰ ਇੰਨਾ ਪਤਾ ਫੋਰਸ ਇਜ਼ ਇਕੁਅਲ ਟੂ ਐਮ ਇਨ ਟੂ ਏ ਦੇ ਇਕੁਅਲ ਹੁੰਦਾ ਅਕੋਰਡਿੰਗ ਟੂ ਨਿਊਟਨ ਸੈਕਿੰਡ ਆਫ ਮੋਸ਼ਨ, ਠੀਕ ਹੈ। ਐਮ ਦਾ ਮਾਸ ਆ, ਸੋ ਇਹ ਤਾਂ ਆ ਗਿਆ ਕੈਪੀਟਲ ਐਮ। ਬਟ ਏ ਮੰਨ ਲਓ ਐਸਲਰੇਸ਼ਨ, ਐਸਲਰੇਸ਼ਨ ਦੀਆਂ ਵੀ ਨਹੀਂ ਮੈਨੂੰ ਪਤਾ, ਮੈਨੂੰ ਇੰਨਾ ਪਤਾ ਕਿ ਜਿਹੜੀ ਐਸਲਰੇਸ਼ਨ ਆ ਉਹ ਹੁੰਦੀ ਆ ਚੇਂਜ ਇਨ ਵਿਲੋਸਿਟੀ ਵਿਦ ਰਿਸਪੈਕਟ ਟੂ ਟਾਈਮ, ਠੀਕ ਹੈ। ਸੋ ਇਹਨੂੰ ਆਪਾਂ ਐਮ ਵੀ ਲਿਖ ਸਕਦੇ ਹਾਂ, ਵੀ ਬਾਏ ਕੈਪੀਟਲ ਟੀ। ਐਸਲਰੇਸ਼ਨ ਪਤਾ ਮੈਨੂੰ ਵੀ ਬਾਏ ਕੈਪੀਟਲ ਟੀ, ਵਿਲੋਸਿਟੀ ਔਰ ਮੈਨੂੰ ਵਿਲੋਸਿਟੀ ਪਤਾ ਕਿਹਦੇ ਇਕੁਅਲ ਹੁੰਦੀ ਆ ਚੇਂਜ ਇਨ ਡਿਸਪਲੇਸਮੈਂਟ ਬਾਏ ਚੇਂਜ ਇਨ ਟਾਈਮ, ਮਤਲਬ ਡੀ ਐਕਸ ਬਾਏ ਡੀ ਟੀ। ਹੁਣ ਡਿਸਪਲੇਸਮੈਂਟ ਆ, ਡਿਸਪਲੇਸਮੈਂਟ ਕੀ ਹੋ ਗਈ, ਇੱਕ ਤਰ੍ਹਾਂ ਦੀ ਲੈਂਥ ਹੀ ਹੋ ਗਈ ਚੇਂਜ ਇਨ ਜਿਹੜਾ ਆ ਰਿਹਾ ਡਿਸਪਲੇਸਮੈਂਟ ਵਿੱਚ, ਮਤਲਬ ਇੱਕ ਤਰ੍ਹਾਂ ਦੀ ਲੈਂਥ। ਸੋ ਇਹ ਆ ਗਿਆ ਆਪਣੇ ਕੋਲ ਐਲ, ਚੇਂਜ ਇਨ ਟਾਈਮ ਨੂੰ ਲੈ ਲਿਆ ਮੈਂ ਕੈਪੀਟਲ ਟੀ, ਸੋ ਮੇਰੇ ਕੋਲ ਕੀ ਆ ਗਈ ਐਲ ਟੀ ਮਾਈਨਸ ਵਨ, ਵਿਲੋਸਟੀ ਦੀ ਆ ਗਈਆਂ ਐਲ ਟੀ ਮਾਈਨਸ ਵਨ। ਇਹ ਜਿਹੜੀ ਵਿਲੋਸਟੀ ਦੀ ਡਿਮੈਂਸ਼ਨਸ ਆਈਆਂ ਇਹ ਮੈਂ ਇੱਥੇ ਵੈਲਿਊ ਪੁੱਟ ਕਰ ਸਕਦੀ ਹਾਂ ਨਾ ਵਿਲੋਸਟੀ ਦੀ, ਇਹ ਸੀ ਨਾ ਵੀ ਬਾਏ ਟੀ, ਇੱਥੇ ਵਿਲੋਸਟੀ ਦੀ ਡਿਮੈਂਸ਼ਨ ਪੁੱਟ ਕਰੀਏ ਤਾਂ ਕੀ ਹੋਊਗੀ ਆਪਣੇ ਕੋਲ ਐਲ ਟੀ ਮਾਈਨਸ ਵਨ ਡਿਵਾਈਡਿਡ ਬਾਏ ਟੀ, ਕੀ ਬਣ ਗਈ ਐਲ ਟੀ, ਆ ਵੀ ਟੀ ਉੱਪਰ ਚਲ ਜੂ ਮਾਈਨਸ ਵਨ ਇੱਕ ਹੋਰ ਮਾਈਨਸ ਮਾਈਨਸ ਪਲੱਸ, ਦੈਟ ਮੀਨਸ ਐਲ ਟੀ ਮਾਈਨਸ ਟੂ। ਸੋ ਮੇਰੇ ਕੋਲ ਐਸਲਰੇਸ਼ਨ ਦੀਆਂ ਕੀ ਆ ਗਈਆਂ ਯੂਨਿਟਸ ਐਲ ਟੀ ਮਾਈਨਸ ਟੂ, ਐਸਲਰੇਸ਼ਨ ਕਿਹਦੇ ਇੱਕੋ ਆ ਗਈ ਐਲ ਟੀ ਮਾਈਨਸ ਵਨ ਬਾਈ ਟੀ ਸੀ ਨਾ, ਉਹ ਕਿਹਦੇ ਇੱਕੋ ਆ ਗਈ ਐਲ ਟੀ ਮਾਈਨਸ ਟੂ। ਐਸਲਰੇਸ਼ਨ ਦੀ ਆ ਗਈ ਇਹ ਵਾਲੀ ਐਸਲਰੇਸ਼ਨ ਦੀ ਮੈਂ ਇੱਥੇ ਵੈਲਿਊ ਪੁੱਟ ਕਰ ਸਕਦੀ ਹਾਂ ਐਲ ਟੀ ਮਾਈਨਸ ਟੂ, ਠੀਕ। ਫੋਰਸ ਦੀਆਂ ਡਾਇਮੈਂਸ਼ਨਸ ਨਿਕਲ ਆਈਆਂ ਐਮ ਐਲ ਟੀ ਮਾਈਨਸ ਟੂ। ਸੋ ਜੇ ਕਦੇ ਵੀ ਤੁਸੀਂ ਡਾਇਮੈਂਸ਼ਨਸ ਫਾਈਂਡ ਆਊਟ ਕਰਨੀਆਂ ਕਿਸੇ ਦੀਆਂ ਵੀ, ਸੋ ਉਹਦੇ ਬੇਸਿਕ ਕਨਸੈਪਟ ਤੁਹਾਨੂੰ ਕਲੀਅਰ ਹੋਣੇ ਚਾਹੀਦੇ ਆ, ਠੀਕ ਹੈ, ਤਾਂ ਤੁਸੀਂ ਡਾਇਮੈਂਸ਼ਨਸ ਜਿਹੜੀਆਂ ਈਜ਼ਲੀ ਫਾਈਂਡ ਆਊਟ ਕਰ ਸਕਦੇ ਉਹਨਾਂ ਨੂੰ ਰੱਟਾ ਲਾਉਣ ਦੀ ਲੋੜ ਨਹੀਂ ਹੁੰਦੀ ਹੈਗੀ। ਸੋ ਐਮ ਐਲ ਟੀ ਮਾਈਨਸ ਟੂ, ਸੋ ਇੱਥੇ ਮੈਂ ਵੈਲਿਊ ਪੁੱਟ ਕਰੂੰਗੀ ਐਲ ਦੀ ਜਗ੍ਹਾ 'ਤੇ ਕਿੰਨੀ ਆ ਗਈ ਐਮ ਐਲ ਟੀ ਮਾਈਨਸ ਟੂ ਡਿਵਾਈਡਡ ਬਾਈ ਕਿਊ। ਕਿਊ ਕੀ ਆ ਹੁਣ ਇੱਕ ਆਪਣੇ ਕੋਲ ਚਾਰਜ, ਤਾਂ ਚਾਰਜ ਮਤਲਬ ਕਿਹਦੇ 'ਚ ਹੁੰਦਾ, ਇਹਨੂੰ ਚਾਰਜ ਦੀ ਕੀ ਹੁੰਦੀ ਹੈ ਆਪਣੇ ਕੋਲ ਯੂਨਿਟ ਕੂਲੰਬ, ਤਾਂ ਇਹਨੂੰ ਕੂਲੰਬ 'ਚ ਇਹਨੂੰ ਕੂਲੰਬ ਆ ਗਿਆ। ਵੀ ਵੀ ਇਜ਼ ਅਗੇਨ ਵਿਲੋਸਟੀ ਹੈ, ਵਿਲੋਸਟੀ ਦੀ ਆਪਾਂ ਹੁਣੇ ਕੱਢੀ ਹੈ ਐਲ ਟੀ ਮਾਈਨਸ ਵਨ, ਸੋ ਇਹਦੀ ਜਗ੍ਹਾ 'ਤੇ ਆ ਗਈ ਐਲ ਟੀ ਮਾਈਨਸ ਵਨ। ਔਰ ਇਸ ਕੇਸ ਵਿੱਚ ਜਿਹੜਾ ਫਾਈ ਅਤੇ ਬੀ ਦੇ ਵਿੱਚ ਕੋਈ ਐਂਗਲ ਨਹੀਂ ਹੈਗਾ, ਸੋ ਦੈਟ ਮੀਨਸ ਇਸ ਕੇਸ ਵਿੱਚ ਜਿਹੜਾ ਆਪਣੇ ਕੋਲ ਥੀਟਾ ਉਹ ਕੀ ਹੋ ਗਿਆ ਵਨ, ਇੰਨੀ ਚੀਜ਼ ਹੋ ਗਈ ਸੋਲਵ। ਹੁਣ ਕੀ ਆਪਣੇ ਕੋਲ ਏਰੀਆ, ਇਹਦੇ 'ਚ ਡਿਵਾਈਡ ਬਾਈ ਆਈ ਵੀ ਸੀ, ਆਹ ਸੀ ਨਾ ਇੱਥੇ ਤਾਂ ਆਪਾਂ ਆਹ ਵਾਲੀ ਬੀ ਦੀ ਵੈਲਿਊ ਆਹ ਚੀਜ਼ ਵੈਲਿਊ ਪੁੱਟ ਕਰਤੀ, ਆਹ ਏ ਆਹ ਆਈ ਜਿਹੜੀ ਆ ਆਹ ਵਾਲੀ ਚੀਜ਼ ਆ ਗਈ। ਸੋ ਆ ਏਰੀਆ, ਏਰੀਆ ਮਤਲਬ ਕੀ ਹੁੰਦਾ ਲੈਂਥ ਮਲਟੀਪਲਾਈ ਬ੍ਰੈਥ, ਲੈਂਥ ਜਿਹੜੀ ਉਹ ਵੀ ਆਪਾਂ ਐਲ ਦੀ ਫੋਰਮ ਦੇ ਵਿੱਚ, ਬ੍ਰੈਥ ਜਿਹੜੀ ਉਹ ਵੀ ਮਤਲਬ ਲੈਂਥ ਦੀ ਫੋਰਮ ਦੇ ਵਿੱਚ ਹੀ ਹੁੰਦੀ ਹੈ ਇੱਕ ਤਰ੍ਹਾਂ ਨਾਲ ਆਪਾਂ ਕਰਦੇ ਫਾਈਂਡ। ਸੋ ਏਰੀਆ ਕਿਹਦੇ ਇੱਕ ਹੋ ਗਿਆ ਐਲ ਦੀ ਸਕੇਅਰ, ਆਈ ਆਈ ਆਪਾਂ ਨੂੰ ਪਤਾ ਆਈ ਦੀ ਕੀ ਹੁੰਦੀ ਆ ਐਮਪੀਅਰ, ਦੈਟ ਮੀਨਸ ਕੀ ਆ ਗਿਆ ਇੱਥੇ ਜਗ੍ਹਾ 'ਤੇ ਕੀ ਆ ਗਿਆ ਐਮਪੀਅਰ, ਠੀਕ ਹੈ। ਇੰਨਾ ਸਮਾਂ ਲੱਗਿਆ, ਹੁਣ ਇਹਨੂੰ ਸੋਲਵ ਕਰ ਦਿਓ ਬਸ। ਕੀ ਆ ਗਿਆ ਆਪਣੇ ਕੋਲ ਐਲ ਵਿਚ ਇਜ਼ ਇਕੁਅਲਸ ਟੂ ਐਮ ਐਲ ਟੀ ਮਾਈਨਸ ਟੂ ਐਲ ਦੀ ਸਕੇਅਰ, ਆਹ ਐਲ ਦੇ ਨਾਲ ਆਹ ਵਾਲੀ ਐਲ ਕੀ ਹੋ ਗਈ ਆਪਣੇ ਕੋਲ, ਆਹ ਐਲ ਦੇ ਨਾਲ ਆਹ ਵਾਲੀ ਐਲ ਕੀ ਹੋ ਗਈ ਕੈਂਸਲ, ਸੋ ਇਹ ਕੈਂਸਲ ਬਚਿਆ ਕੀ ਆਪਣੇ ਕੋਲ ਐਮ ਐਲ ਦੀ ਸਕੇਅਰ ਟੀ ਮਾਈਨਸ ਟੂ, ਨੀਚੇ ਕੀ ਬਚ ਗਿਆ ਸੀ ਟੀ ਇਨਵਰਸ ਇੰਟੂ, ਠੀਕ ਹੈ। ਆਹ ਐਲ ਦੇ ਨਾਲ ਐਲ ਕੈਂਸਲ, ਐਮ ਐਲ ਦੀ ਸਕੇਅਰ ਟੀ ਮਾਈਨਸ ਟੂ, ਐਮ ਐਲ ਸਕੇਅਰ ਟੀ ਮਾਈਨਸ ਟੂ ਔਰ ਸੀ ਟੀ ਮਾਈਨਸ ਵਨ ਇੰਟੂ ਏ, ਤੋਂ ਸੀ ਟੀ ਮਾਈਨਸ ਵਨ ਇੰਟੂ ਏ। ਹੁਣ ਆਪਾਂ ਨੂੰ ਇੰਨਾ ਪਤਾ, ਹੁਣ ਆਹ ਜਿਹੜਾ ਸੀ ਟੀ ਮਾਈਨਸ ਵਨ ਆ ਉਹ ਕਿਹਦੇ ਇਕੁਅਲ ਹੁੰਦਾ ਵਨ ਐਮਪੀਅਰ ਦੇ, ਹੁਣ ਇਹ ਵਾਲੀ ਚੀਜ਼ ਕਿੱਦਾਂ ਆਈ ਸੀ ਟੀ ਮਾਈਨਸ ਵਨ ਇਜ਼ ਇਕੁਅਲਸ ਟੂ ਵਨ ਐਮਪੀਅਰ ਦੇ ਕਿਵੇਂ ਆਈ,
ਇਹ ਵੀ ਇੱਕ ਤਰੀਕਾ, ਆਪਾਂ ਨੂੰ ਐਂਪੀਅਰ ਪਤਾ, ਐਂਪੀਅਰ ਕਿਸ ਚੀਜ਼ ਦੀ ਯੂਨਿਟ ਹੁੰਦੀ ਆ? ਕਰੰਟ। ਸੋ ਕਰੰਟ ਆਪਾਂ ਨੂੰ ਪਤਾ ਵਿਚ ਇਜ਼ ਇਕੁਅਲਸ ਟੂ ਜਿੰਨਾ ਡੀ ਕਿਊ ਬਾਈ ਡੀ ਟੀ, ਮਤਲਬ ਜਿੰਨਾ ਚੇਂਜ ਆ ਰਿਹਾ ਵਾ ਚਾਰਜ ਦੇ ਵਿੱਚ ਵਿਦ ਰਿਸਪੈਕਟ ਟੂ ਟਾਈਮ ਦੇ। ਸੋ ਚਾਰਜ ਹੁੰਦਾ, ਚਾਰਜ ਨੂੰ ਆਪਾਂ ਕਿੰਨਾ ਕਰਦੇ ਹਾਂ ਕੂਲੰਬ ਦੇ ਨਾਲ, ਔਰ ਟਾਈਮ ਟੀ ਉਹਨੂੰ ਟੀ ਦੇ ਨਾਲ। ਤਾਂ ਕੀ ਆ ਗਈ ਮੇਰੇ ਕੋਲ ਸੀ ਟੀ ਮਾਈਨਸ ਵਨ, ਆ ਗਈ ਸੀ ਟੀ ਮਾਈਨਸ ਵਨ, ਔਰ ਆਈ ਆਈ ਨੂੰ ਕਿਹਦੇ ਨਾਲ ਆਪਾਂ ਕਰਦੇ ਹਾਂ? ਐਂਪੀਅਰ ਦੇ ਨਾਲ। ਦੈਟ ਮੀਨਸ ਵਨ ਐਂਪੀਅਰ ਵਿਚ ਇਜ਼ ਇਕੁਅਲਸ ਟੂ ਕੂਲੰਬ ਟੀ ਇਨਵਰਸ। ਸੋ ਆ ਗਿਆ ਮੇਰੇ ਕੋਲ ਸੀ ਟੀ ਇਨਵਰਸ ਵਿਚ ਇਜ਼ ਇਕੁਅਲਸ ਟੂ ਵਨ ਐਂਪੀਅਰ। ਸੋ ਇੱਥੇ ਮੈਂ ਵੈਲਿਊ ਪੁੱਟ ਕਰ ਦਿੰਦੀ ਹਾਂ ਉਹਦੀ, ਐਮ ਐਲ ਸਕੇਅਰ ਟੀ ਮਾਈਨਸ ਟੂ ਡਿਵਾਈਡਡ ਸੀ ਟੀ ਇਨਵਰਸ ਵਨ ਐਂਪੀਅਰ ਇੰਟੂ ਏ। ਕੀ ਆ ਗਿਆ ਮੇਰੇ ਕੋਲ? ਐਮ ਐਲ ਸਕੇਅਰ ਟੀ ਮਾਈਨਸ ਟੂ ਡਿਵਾਈਡਡ ਬਾਏ ਏ ਦੀ ਸਕੇਅਰ। ਸੋ ਏ ਸਕੇਅਰ ਉੱਪਰ ਚੱਲ ਜੇ, ਐਮ ਐਲ ਸਕੇਅਰ ਟੀ ਮਾਈਨਸ ਟੂ ਏ ਮਾਈਨਸ ਟੂ, ਐਮ ਐਲ ਸਕੇਅਰ ਟੀ ਮਾਈਨਸ ਟੂ ਏ ਮਾਈਨਸ ਟੂ। ਇਹ ਹੈਗੀ ਆਪਣੇ ਕੋਲ ਡਾਇਮੈਂਸ਼ਨ ਆਫ ਸੈਲਫ ਇੰਡਕਟੈਂਸ। ਸਿੰਪਲੀ ਇੰਡਕਟੈਂਸ ਦੀ ਡਾਇਮੈਂਸ਼ਨ ਕੀ ਹੁੰਦੀ ਆ? ਇਹੀ ਐਮ ਐਲ ਸਕੇਅਰ ਟੀ ਮਾਈਨਸ ਟੂ ਏ ਮਾਈਨਸ ਟੂ, ਠੀਕ ਹੈ? ਇਹੀ ਜਿਹੜੀ ਡਾਇਮੈਂਸ਼ਨ ਹੁੰਦੀ ਆ ਮਿਊਚੁਅਲ ਇੰਡਕਟੈਂਸ ਦੀ, ਠੀਕ। ਸੋ ਹੁਣ ਆਪਾਂ ਕੀ ਕੀਤਾ ਸੀ ਹੁਣ ਤੱਕ? ਐਸ ਆਈ ਯੂਨਿਟ ਐਂਡ ਡਾਇਮੈਂਸ਼ਨ। ਐਸ ਆਈ ਯੂਨਿਟ ਕੀ ਸੀ ਇਹਦੀ? ਵਨ ਹੈਨਰੀ, ਔਰ ਡਾਇਮੈਂਸ਼ਨਸ ਕੀ ਨੇ? ਐਮ ਐਲ ਸਕੇਅਰ ਟੀ ਮਾਈਨਸ ਟੂ ਏ ਮਾਈਨਸ ਟੂ। ਸੋ ਨਾਓ ਹੁਣ ਆਪਾਂ ਡਿਸਕਸ ਕਰਾਂਗੇ ਸੈਕਿੰਡ ਆਰਟੀਕਲ ਸੈਲਫ ਇੰਡਕਟੈਂਸ ਦਾ, ਹੀ ਸੈਲਫ ਇੰਡਕਟੈਂਸ ਆਫ ਅ ਲੌਂਗ ਸੋਲੇਨਾਈਡ। ਤੋ ਸਭ ਤੋਂ ਪਹਿਲਾਂ ਹੁਣ ਆਪਾਂ ਨੂੰ ਇਹਦੇ ਵਿੱਚ ਆਪਾਂ ਨੂੰ ਸੈਲਫ ਇੰਡਕਟੈਂਸ ਪਤਾ ਕੀ ਹੁੰਦੀ ਆ, ਬਟ ਸੋਲੇਨਾਈਡ ਪਹਿਲਾਂ ਆਪਾਂ ਡਿਸਕਸ ਕਰੀਏ ਕਿ ਸੋਲੇਨਾਈਡ ਕੀ ਚੀਜ਼ ਆ। ਸੋਲੇਨਾਈਡ ਹੁੰਦਾ ਕਿ ਕੋਈ ਵੀ ਸਿਲੰਡੀਕਲ, ਇੱਕ ਆਪਾਂ ਕੋਇਲ ਬਣਾਈ ਵਾਇਰ ਦੀ, ਠੀਕ ਹੈ, ਵਾਇਰ ਦੀ ਇੱਕ ਸਿਲੰਡੀਕਲ ਜੀ ਕੋਇਲ ਬਣਾਈ, ਜਦੋਂ ਮੈਂ ਉਹਦੇ ਵਿੱਚੋਂ ਕਰੰਟ ਫਲੋ ਕਰਾਉਣਾ ਤਾਂ ਉਹ ਜਿਹੜੀ ਕੋਇਲ ਵਾ ਉਹ ਕੀ ਬਣ ਜਾਂਦੀ? ਇੱਕ ਮੈਗਨੇਟ ਦੀ ਫੋਰਮ ਦੇ ਵਿੱਚ ਵਰਕ ਕਰਦੀ ਆ। ਮਤਲਬ ਮੰਨ ਲਓ ਕਿ ਮੈਂ ਕੋਈ ਕੰਡਕਟਰ ਲਿਆ, ਉਸ ਕੰਡਕਟਰ ਉੱਤੇ ਵਾਇਰਿੰਗ ਕਰਨੀ ਸ਼ੁਰੂ ਕੀਤੀ, ਵਾਇਰਿੰਗ ਕੀਤੀ, ਤੋ ਜਦੋਂ ਉਹਦੇ ਉੱਤੇ ਮੈਂ ਉਹਦੇ ਵਿੱਚੋਂ ਕਰੰਟ ਫਲੋ ਕਰਾਉਣਾ ਤਾਂ ਉਹਨੇ ਕੀ ਜਨਰੇਟ ਕਰਨੀ ਆ? ਮੈਗਨੈਟਿਕ ਫੀਲਡ, ਠੀਕ ਹੈ। ਸੋ ਮਤਲਬ ਕਿ ਉਹ ਜਿਹੜਾ ਕੋਇਲ ਕੰਡਕਟਰ ਆ, ਉਹ ਕੋਇਲ ਜਿਹੜੀ ਮੈਂ ਲਈ ਆ ਸਿਲੰਡੀਕਲ ਸਿਲੰਡੀਕਲ ਕੋਇਲ ਲਈ ਆ ਕੰਡਕਟਰ ਦੀ, ਉਹ ਇੱਕ ਮੈਗਨੇਟ ਦੀ ਫੋਰਮ ਦੇ ਵਿੱਚ ਫਲੋ ਕਰਦਾ, ਮਤਲਬ ਬਿਹੇਵ ਕਰਦਾ, ਠੀਕ ਹੈ। ਸੋ ਸੋਲੇਨਾਈਡ ਇੱਕ ਸਿਲੰਡੀਕਲ ਕੋਇਲ ਵਾਇਰ ਦੀ, ਜਦੋਂ ਮੈਂ ਉਹਦੇ ਵਿੱਚੋਂ ਕਰੰਟ ਨੂੰ ਫਲੋ ਕਰਾਉਣਾ ਉਹ ਜਿਹੜੀ ਆ ਇੱਕ ਤਰ੍ਹਾਂ ਦੀ ਮੈਗਨੇਟ ਦੀ ਫੋਰਮ ਦੇ ਵਿੱਚ ਬਿਹੇਵ ਕਰਦੀ ਆ, ਠੀਕ ਹੈ। ਹੁਣ ਆਪਾਂ ਇਹ ਆਰਟੀਕਲ ਨੂੰ ਡਿਸਕਸ ਕਰਦੇ ਹਾਂ। ਦੇਖੋ ਸਭ ਤੋਂ ਪਹਿਲਾਂ ਮੈਂ ਕੀ ਲੈ ਲਿਆ? ਇੱਕ ਸੋਲੇਨਾਈਡ ਲੈ ਲੈਂਦੇ ਹਾਂ, ਠੀਕ ਹੈ। ਮੰਨ ਲਓ ਮੈਂ ਇੱਕ ਸੋਲੇਨਾਈਡ ਲੈ ਲਿਆ, ਸੋਲੇਨਾਈਡ ਦੀ ਕੋਇਲਿੰਗ ਆ ਇੱਦਾਂ ਕੀਤੀ, ਕਰੰਟ ਆ ਜਿਹੜਾ ਇੱਧਰ ਤੋਂ ਜਾ ਰਿਹਾ ਔਰ ਇਸ ਡਾਇਰੈਕਸ਼ਨ 'ਚੋਂ ਬਾਹਰ ਆ ਰਿਹਾ, ਠੀਕ ਹੈ, ਇੱਧਰੋਂ ਫਲੋ ਕਰ ਰਿਹਾ ਕਰੰਟ ਆ ਜਿਹੜਾ, ਉਹ ਇੱਦਾਂ ਟਰਨਸ ਦੇ ਆਲੇ ਦੁਆਲੇ ਫਲੋ ਕਰ ਰਿਹਾ। ਆਹ ਹੋ ਗਈ ਇਹਨਾਂ ਦੀ ਟੋਟਲ ਲੈਂਥ, ਲੈਂਥ ਆਫ ਦਾ ਸੋਲੇਨਾਈਡ ਹੋ ਗਈ ਐਲ। ਜੇ ਮੈਂ ਇਹਦਾ ਏਰੀਆ ਕੰਸੀਡਰ ਕਰਨਾ ਹੋਵੇ, ਏਰੀਆ ਟੋਟਲ ਇਸ ਸੋਲੇਨਾਈਡ ਨੇ ਕਵਰ ਕੀਤੀ ਹੈ ਸਪੇਸ, ਦਿਸ ਇਜ਼ ਕਾਲਡ ਏਰੀਆ, ਏਰੀਆ ਆਫ ਸੋਲੇਨਾਈਡ, ਜਿਹਨੂੰ ਆਪਾਂ ਏ ਨਾਲ ਡਿਨੋਟ ਕਰਾਂਗੇ, ਠੀਕ ਹੈ। ਆਹ ਇੰਨੀ ਚੀਜ਼ ਕੀ ਹੋ ਗਈ ਇਹਦਾ? ਰੇਡੀਅਸ। ਹਾਂ, ਆਹ ਮੈਂ ਇੱਕ ਸੋਲੇਨਾਈਡ ਲਈ ਟਰਨਸ ਲਈਆਂ ਹੋਈਆਂ, ਇੱਧਰੋਂ ਕਰੰਟ ਜਾ ਰਿਹਾ ਇੱਧਰੋਂ ਬਾਹਰ ਆ ਰਿਹਾ, ਔਰ ਆਹ ਜਿਹੜਾ ਪੂਰਾ ਉਹਨੇ ਕੀ ਆ ਸੋਲੇਨਾਈਡ ਨੇ ਜਿੰਨਾ ਏਰੀਆ ਕਵਰ ਕੀਤਾ ਹੋਇਆ ਦੈਟ ਇਜ਼ ਏ, ਐਂਡ ਜਿਹੜੀ ਲੈਂਥ ਆ ਸੋਲੇਨਾਈਡ ਦੀ ਉਹ ਆਪਾਂ ਲੈ ਲਈ ਐਲ, ਅਤੇ ਆਹ ਹੋ ਗਿਆ ਆਰ। ਹੁਣ ਇਹਦੇ ਵਿੱਚ ਜਿਹੜੀ ਲੈਂਥ ਆ ਉਹ ਸ਼ੁੱਡ ਬੀ ਵੈਰੀ ਵੈਰੀ ਗ੍ਰੇਟਰ ਦੈਨ ਰੇਡੀਅਸ ਆਫ ਦਾ ਸੋਲੇਨਾਈਡ। ਹੁਣ ਕਿਵੇਂ ਸਟਾਰਟ ਕਰਾਂਗੇ ਆਪਾਂ? ਕਿ ਇਫ
ਕੋਈ ਸੋਲਨੋਇਡ ਲਿਆ, ਲਿਖਦੇ ਹਾਂ ਇਫ ਵੀ ਕੰਸੀਡਰ ਆ ਸੋਲਨੋਇਡ ਆਫ ਲੈਂਥ ਐਲ ਐਂਡ ਰੇਡੀਅਸ ਆਰ ਐਂਡ ਹੈਵਿੰਗ ਐਨ ਨੰਬਰ ਆਫ ਟਰਨਸ ਆਫ ਕੋਇਲ। ਮਤਲਬ ਆਹ ਜਿਹੜੇ ਟਰਨਸ ਲਏ ਹੋਏ ਆ, ਇਹ ਮੰਨ ਲਓ ਮੇਰੇ ਕੋਲ ਐਨ ਟਰਨਸ ਨੇ, ਠੀਕ ਹੈ। ਸੋ ਉਸ ਕੇਸ ਦੇ ਵਿੱਚ ਜਦੋਂ ਇਹਦੇ ਵਿੱਚੋਂ ਕਰੰਟ ਨੇ ਫਲੋ ਕਰਨਾ, ਤਾਂ ਜਿਹੜੀ ਮੈਗਨੈਟਿਕ ਫੀਲਡ ਜਨਰੇਟ ਹੋਣੀ ਹੈ, ਜਿੱਦਾਂ ਹੀ ਕਰੰਟ ਨੇ ਫਲੋ ਕਰਨਾ ਸਟਾਰਟ ਕਰਨਾ, ਮੈਗਨੈਟਿਕ ਫੀਲਡ ਪ੍ਰੋਡਿਊਸ ਹੋਣੀ ਸ਼ੁਰੂ ਹੋ ਜਾਣੀ ਹੈ, ਤਾਂ ਇਹਦੇ ਵਿੱਚ ਜਿਹੜੀ ਮੈਗਨੈਟਿਕ ਫੀਲਡ ਜਨਰੇਟ ਹੁੰਦੀ ਆ ਉਹ ਕਿਹਦੇ ਇਕੁਅਲ ਆ, ਮਿਊ ਨੋਟ ਐਨ ਇੰਟੂ ਆਈ। ਮਤਲਬ ਸੋਲਨੋਇਡ ਦੇ ਕੇਸ ਵਿੱਚ ਜਿਹੜੀ ਮੈਗਨੈਟਿਕ ਫੀਲਡ ਆ ਉਹ ਆਪਣੇ ਕੋਲ ਇਹਦੇ ਇਕੁਅਲ ਆ। ਐਨ ਕੀ ਨੇ? ਨੰਬਰ ਆਫ ਟਰਨਸ। ਆਈ ਜਿਹੜਾ ਕਰੰਟ ਫਲੋ ਕਰਦਾ। ਮਿਊ ਨੋਟ ਕੀ ਆਪਣੇ ਕੋਲ? ਪਰਮੀਏਬਿਲਟੀ। ਮਿਊ ਨੋਟ ਇਜ਼ ਕਾਲਡ ਪਰਮੀਏਬਿਲਟੀ। ਐਂਡ ਨਾਓ ਵਟ ਇਜ਼ ਅ ਪਰਮੀਏਬਿਲਟੀ? ਪਰਮੀਏਬਿਲਟੀ ਕੀ ਚੀਜ਼ ਆ? ਕਿ ਕਿਸੇ ਵੀ ਸਬਸਟਾਂਸ ਦੀ ਕਿੰਨੀ ਕੁ ਐਬਿਲਿਟੀ ਆ, ਕਿ ਕੋਈ ਵੀ ਸਬਸਟਾਂਸ ਆ ਉਹਦੀ ਐਬਿਲਿਟੀ ਨੂੰ ਸ਼ੋਅ ਕਰਦਾ ਕਿ ਉਹ ਆਪਣੇ ਵਿੱਚੋਂ ਕਿੰਨੇ ਕੁ ਦੂਸਰੇ ਸਬਸਟਾਂਸ ਨੂੰ ਪਾਸ ਹੋਣ ਦਿੰਦੀ ਆ। ਫੋਰ ਇਗਜ਼ਾਮਪਲ, ਕੋਈ ਕੰਡਕਟਰ ਲਿਆ, ਜਦੋਂ ਆਪਾਂ ਉਹਨੂੰ ਕਰੰਟ ਪ੍ਰੋਵਾਈਡ ਕਰਦੇ ਹਾਂ, ਸੋ ਉਹ ਕੰਡਕਟਰ ਆ ਜਿਹੜੀ ਆਪਣੇ ਵਿੱਚੋਂ ਕਿੰਨੀ ਕੁ ਮੈਗਨੈਟਿਕ ਫੀਲਡ ਪਾਸ ਹੋਣ ਦਿੰਦਾ, ਉਸ ਉਹ ਡਿਪੈਂਡ ਕਰਦਾ ਉਸ ਕੰਡਕਟਰ ਦੀ ਪਰਮੀਏਬਿਲਟੀ 'ਤੇ। ਮਤਲਬ ਪਰਮੀਏਬਿਲਟੀ ਇੱਕ ਤਰ੍ਹਾਂ ਦੀ ਇੱਕ ਕਿਸੇ ਵੀ ਕੰਡਕਟਰ ਦੀ ਅਬਿਲਿਟੀ ਨੂੰ ਸ਼ੋਅ ਕਰਦੀ ਆ ਕਿ ਉਹ ਕੰਡਕਟਰ ਆਪਣੇ ਵਿੱਚੋਂ ਕਿੰਨੀ ਕੁ ਮੈਗਨੈਟਿਕ ਫੀਲਡ ਨੂੰ ਪਾਸ ਹੋਣ ਦਿੰਦਾ। ਤੋ ਦਿਸ ਇਜ਼ ਕਾਲਡ ਪਰਮੀਏਬਿਲਟੀ। ਇਹਦੀ ਜਿਹੜੀ ਵੈਲਿਊ ਆ ਮਿਊ ਨੋਟ ਦੀ ਹੁੰਦੀ ਆ 4π (10⁻²-7), ਠੀਕ ਹੈ। ਸੋ ਆਹ ਹੋ ਗਿਆ ਆਪਣੇ ਕੋਲ ਬੀ। ਹੁਣ ਮੈਗਨੈਟਿਕ ਫੀਲਡ ਤਾਂ ਪ੍ਰੋਡਿਊਸ ਹੋ ਗਈ, ਸੋ ਜਿਹੜੀ ਇਸ ਮੈਗਨੈਟਿਕ ਫੀਲਡ ਦੇ ਨਾਲ ਜਿਹੜੀ ਫਲਕਸ ਪ੍ਰੋਡਿਊਸ ਹੋਣੀ ਆ ਅਲੋਂਗ ਦਾ ਈਚ ਟਰਨ, ਉਹ ਕਿਹਦੇ ਇਕੁਅਲ ਆ? ਸੋ ਮੈਗਨੈਟਿਕ ਫਲਕਸ ਅਕਰੋਸ ਈਚ ਟਰਨ ਵਿਚ ਇਜ਼ ਇਕੁਅਲ ਟੂ, ਵੀ ਨੋ ਦੈਟ ਫਾਈ ਇਜ਼ ਇਕੁਅਲ ਟੂ ਬੀ ਇਨ ਟੂ ਏ। ਸੋ ਇੱਥੇ ਆਹ ਵਾਲੀ ਜਿਹੜੀ ਬੀ ਦੀ ਵੈਲਿਊ ਮੈਂ ਫਾਇੰਡ ਕੀਤੀ ਆ, ਆਹ ਵਾਲੀ ਬੀ ਦੀ ਵੈਲਿਊ ਇੱਥੇ ਪੁੱਟ ਕਰਦਾ, ਤਾਂ ਫਾਈ ਦੀ ਵੈਲਿਊ ਕੀ ਆ ਗਈ ਮੇਰੇ ਕੋਲ? ਮਿਊ ਨੋਟ ਐਨ ਆਈ ਇਨ ਟੂ ਏ। ਮਿਊ ਨੋਟ ਐਨ ਆਈ ਏ ਹੋ ਗਈ ਮੇਰੇ ਕੋਲ ਫਾਈ। ਮਤਲਬ ਜਿਹੜੀ ਇਹ ਜਿਹੜੀ ਫਲਕਸ ਆ ਇੱਕ ਟਰਨ ਦੇ ਕੋਰਸਪੋਂਡਿੰਗ ਜਿੰਨੀ ਮੈਗਨੈਟਿਕ ਫਲਕਸ ਆ ਰਹੀ ਆ ਉਹ ਹੋ ਗਈ ਮੇਰੇ ਕੋਲ ਆਹ ਵਾਲੀ ਚੀਜ਼। ਹੁਣ ਜੇ ਮੈਂ ਪੂਰੇ ਸੋਲਨੋਇਡ ਵਿੱਚ ਦੇਖਣੀ ਹੋਵੇ ਮੈਗਨੈਟਿਕ ਫਲਕਸ ਕਿੰਨੀ ਆ ਰਹੀ ਆ, ਮਤਲਬ ਕਿ ਮੈਂ ਪੂਰੇ ਦੇ ਪੂਰੇ ਸੋਲਨੋਇਡ ਦੇ ਵਿੱਚ ਇਹ ਤਾਂ ਇੱਕ ਟਰਨ ਦੇ ਕੋਰਸਪੋਂਡਿੰਗ ਮੈਂ ਫਾਇੰਡ ਕੀਤੀ ਨਾ ਮੈਗਨੈਟਿਕ ਫਲਕਸ, ਹੁਣ ਜੇ ਮੈਂ ਪੂਰੇ ਸੋਲਨੋਇਡ ਦੇ ਕੋਰਸਪੋਂਡਿੰਗ ਮੈਗਨੈਟਿਕ ਫਲਕਸ ਦੇਖਣੀ ਉਹ ਕੀ ਆਊਗੀ? ਸੋ ਜਿਹੜੀ ਮੇਰੇ ਕੋਲ ਟੋਟਲ ਮੈਗਨੈਟਿਕ ਫਲਕਸ ਆ ਉਹ ਕਿਹਦੇ ਇਕੁਅਲ ਆਊਗੀ? ਫਲਕਸ ਜਿਹੜੀ ਇੱਕ ਟਰਨ ਦੇ ਕੋਰਸਪੋਂਡਿੰਗ ਮਲਟੀਪਲਾਈ ਜਿੰਨੇ ਨੰਬਰ ਆਫ ਟਰਨਸ ਨੇ। ਸੋ ਫਲਕਸ ਅਕਰੋਸ ਈਚ ਟਰਨ ਮਲਟੀਪਲਾਈ ਨੰਬਰ ਆਫ ਟਰਨਸ, ਮਤਲਬ ਇੱਕ ਦੇ ਕੋਰਸਪੋਂਡਿੰਗ ਟਰਨ ਦੇ ਕੋਰਸਪੋਂਡਿੰਗ ਜਿੰਨੀ ਫਲਕਸ ਆ ਐਂਡ ਮਲਟੀਪਲਾਈ ਜਿੰਨੇ ਨੰਬਰ ਆਫ ਟਰਨਸ ਨੇ, ਉਹ 'ਤੇ ਡਿਪੈਂਡ ਕਰਦੀ ਹੈ ਟੋਟਲ ਮੈਗਨੈਟਿਕ ਫਲਕਸ ਆਫ ਸੋਲਨੋਇਡ। ਫਲਕਸ ਅਕਰੋਸ ਆ ਈਚ ਟਰਨ, ਈਚ ਟਰਨ ਦੇ ਕੋਰਸਪੋਂਡਿੰਗ ਤਾਂ ਮੈਂ ਕੱਢੀ ਆ ਮਿਊ ਨੋਟ ਐਨ ਇੰਟੂ ਆਈ।
ਸੋ ਇੱਥੇ ਵੈਲਿਊ ਪੁੱਟ ਕਰਤੀ ਮਿਊ ਨੋਟ ਐਨ ਆਈ ਏ। ਹੁਣ ਟੋਟਲ ਨੰਬਰ ਆਫ ਟਰਨਸ ਕਿੰਨੇ ਨੇ ਮੇਰੇ ਕੋਲ ਐਨ, ਬਟ ਜਿਹੜੇ ਟੋਟਲ ਨੰਬਰ ਆਫ ਟਰਨਸ ਨੇ ਨਾ ਇਹ ਡਿਪੈਂਡ, ਇੱਥੇ ਮੈਂ ਲਿਖੂੰਗੀ ਟੋਟਲ ਨੰਬਰ ਆਫ ਟਰਨਸ, ਨੋਟ ਓਨਲੀ ਨੰਬਰ ਆਫ ਟਰਨਸ ਬਟ ਟੋਟਲ ਨੰਬਰ ਆਫ ਟਰਨਸ। ਨੰਬਰ ਆਫ ਟਰਨਸ ਤਾਂ ਮੇਰੇ ਕੋਲ ਐਨ ਨਾ, ਜੇ ਮੈਂ ਦੇਖਣਾ ਹੋਵੇ ਟੋਟਲ ਕਿੰਨੇ ਨੇ, ਟੋਟਲ ਨੰਬਰ ਆਫ ਟਰਨਸ ਕਿੰਨੇ ਨੇ, ਤਾਂ ਉਹ ਡਿਪੈਂਡ ਕਰਦਾ ਐਨ ਇੰਟੂ ਐਲ, ਮਤਲਬ ਨੰਬਰ ਆਫ ਟਰਨਸ ਮਲਟੀਪਲਾਈ ਕਿੰਨੀ ਲੈਂਥ, ਮਤਲਬ ਕਿੰਨੀ ਲੈਂਥ ਦੇ ਵਿੱਚ ਕਿੰਨੇ ਨੰਬਰ ਆਫ ਟਰਨਸ ਨੇ, ਉਹ ਹੁੰਦੇ ਆਪਣੇ ਕੋਲ ਟੋਟਲ ਨੰਬਰ ਆਫ ਟਰਨਸ। ਸੋ ਉਹਨੂੰ ਇਹਨੂੰ ਆਪਾਂ ਕੈਪੀਟਲ ਐਮ ਦੇ ਨਾਲ ਵੀ ਡਿਨੋਟ ਕਰ ਦਿੰਦੇ ਹਾਂ, ਠੀਕ, ਜਿਹੜੇ ਟੋਟਲ ਨੰਬਰ ਆਫ ਟਰਨਸ ਆ ਇਹਨੂੰ ਆਪਾਂ ਕੈਪੀਟਲ ਐਮ ਦੇ ਨਾਲ ਵੀ ਡਿਨੋਟ ਕਰ ਦਿੰਦੇ ਹਾਂ ਕਿ ਕਿੰਨੀ ਲੈਂਥ ਦੇ ਵਿੱਚ ਕਿੰਨੇ ਟਰਨਸ ਨੇ, ਦੈਟ ਇਜ਼ ਟੋਟਲ ਨੰਬਰ ਆਫ ਟਰਨਸ ਐਨ ਐਲ। ਸੋ ਮੇਰੇ ਕੋਲ ਜਿਹੜੀ ਫਾਈ ਦੀ ਵੈਲਿਊ ਆ ਗਈ ਉਹ ਕੀ ਆ ਗਈ, ਮਿਊ ਨੋਟ ਐਨ ਐਨ ਅਤੇ ਐਨ ਐਨ ਦੀ ਸਕੇਅਰ ਹੋ ਗਈ ਆਈ ਏ। ਸੋ ਫਾਈ ਦੀ ਮੇਰੀ ਟੋਟਲ ਵੈਲਿਊ ਕੀ ਆ ਗਈ, ਮਿਊ ਨੋਟ ਐਨ ਦੀ ਸਕੇਅਰ ਆਈ ਏ ਔਰ ਐਲ। ਹੁਣ ਆਪਾਂ ਨੂੰ ਫਲਕਸ ਪਤਾ, ਜਿਹੜੀ ਫਾਈ ਆ ਸੈਲਫ ਇੰਡਕਸ਼ਨ ਦੇ ਕੇਸ ਵਿੱਚ ਕਿੰਨੀ ਹੁੰਦੀ ਆ, ਐਲ ਇੰਟੂ ਆਈ, ਠੀਕ ਹੈ। ਆਹ ਵਾਲੀ ਇਕੁਏਸ਼ਨ ਨੂੰ ਮੰਨ ਲਓ ਸੈਕਿੰਡ, ਇਹਨੂੰ ਮੰਨ ਲਓ ਫਸਟ, ਕਿ ਉਹ ਤਾਂ ਆਪਾਂ ਕੱਢੀ ਟਰਨਸ ਦੇ ਕੋਰਸਪੋਂਡਿੰਗ, ਮਤਲਬ ਸੋਲੀਨੋਇਡ ਦੇ, ਪੂਰੇ ਸੋਲੀਨੋਇਡ ਦੇ ਕੋਰਸਪੋਂਡਿੰਗ ਆਪਣੇ ਕੋਲ ਕਿੰਨੀ ਜਿਹੜੀ ਹੈ ਟੋਟਲ ਮੈਗਨੈਟਿਕ ਫਲਕਸ ਹੋਈ, ਆਹ ਚੀਜ਼ ਹੋ ਗਈ। ਅਤੇ ਆਪਾਂ ਨੂੰ ਸੈਲਫ ਇੰਡਕਸ਼ਨ ਵਿੱਚ ਪਤਾ ਵੈਸੇ ਫਲਕਸ ਦੀ ਵੈਲਿਊ ਕਿੰਨੀ ਹੁੰਦੀ ਆ, ਇਹਦੇ ਉੱਪਰ ਹੁੰਦੀ ਹੈ। ਇਹਨਾਂ ਦੋਨਾਂ ਇਕੁਏਸ਼ਨਸ ਨੂੰ ਕੀ ਕੀਤਾ, ਕੰਪੇਅਰ ਕੀਤਾ, ਕੰਪੇਅਰ ਇਕੁਏਸ਼ਨ 1 ਐਂਡ 2, ਦੈਨ ਵਾਟ ਵਿਲ ਵੀ ਗੈਟ, ਇਕੁਏਸ਼ਨਸ 1 ਐਂਡ 2 ਨੂੰ ਜਦੋਂ ਆਪਾਂ ਕੰਪੇਅਰ ਕੀਤਾ ਤਾਂ ਆਪਾਂ ਕੀ ਲਿਖ ਸਕਦੇ ਹਾਂ, ਐਲ ਆਈ ਵਿਚ ਇਜ਼ ਇਕੁਅਲਸ ਟੂ ਮਿਊ ਨੋਟ ਐਨ ਸਕੇਅਰ ਆਈ ਏ ਐਲ, ਮਿਊ ਨੋਟ ਐਨ ਸਕੇਅਰ ਆਈ ਏ ਐਲ, ਠੀਕ ਹੈ। ਸੋ ਆਹ ਵਾਲੀ ਆਈ ਅਤੇ ਆਹ ਵਾਲੀ ਆਈ ਤਾਂ ਕੈਂਸਲ ਆਊਟ ਹੋ ਗਈ, ਤਾਂ ਆਪਣੇ ਕੋਲ ਐਲ ਦੀ ਵੈਲਿਊ ਕਿੰਨੀ ਬਚੀ, ਮਿਊ ਨੋਟ ਐਨ ਸਕੇਅਰ ਏ ਇੰਟੂ ਐਲ। ਸੋ ਮਤਲਬ ਜਿਹੜੀ ਸੈਲਫ ਇੰਡਕਸ਼ਨ ਆ ਉਹ ਮੇਰੇ ਕੋਲ ਸੋਲੀਨੋਇਡ ਦੇ ਕੇਸ ਵਿੱਚ ਕੀ ਆ ਗਈ, ਮਿਊ ਨੋਟ ਐਨ ਸਕੇਅਰ ਏ ਐਲ। ਹੁਣ ਆਪਾਂ ਨੂੰ ਪਤਾ ਕਿ ਕੈਪੀਟਲ ਐਨ ਕੀ ਚੀਜ਼ ਸੀਗੀ, ਐਨ ਇੰਟੂ ਐਲ ਮਤਲਬ ਟੋਟਲ ਨੰਬਰ ਆਫ ਟਰਨਸ। ਸੋ ਇੱਥੇ ਜੇ ਮੈਂ ਆਹ ਵਾਲੀ ਐਕਸਪ੍ਰੈਸ਼ਨ ਨੂੰ ਟੋਟਲ ਨੰਬਰ ਆਫ ਟਰਨਸ ਮਤਲਬ ਦੀ ਫੋਰਮ 'ਚ ਲਿਖਣਾ ਹੋਵੇ, ਮਤਲਬ ਕੈਪੀਟਲ ਐਨ ਦੀ ਫੋਰਮ ਦੇ ਵਿੱਚ ਲਿਖਣਾ ਹੋਵੇ, ਤਾਂ ਮੈਂ ਕੀ ਕਰੂੰਗੀ, ਇਹਨੂੰ ਮਲਟੀਪਲਾਈ ਅਤੇ ਡਿਵਾਈਡ ਕਰ ਲਿਆ ਐਲ ਦੇ ਨਾਲ, ਮਤਲਬ ਮਲਟੀਪਲਾਈ ਐਂਡ ਡਿਵਾਈਡ ਵਿਦ ਐਲ ਬਾਏ ਐਲ। ਸਿਰਫ ਆਹ ਵਾਲੀ ਸਾਈਡ ਨੂੰ, ਮਤਲਬ ਮੈਂ ਸਿਰਫ ਰਾਈਟ ਹੈਂਡ ਸਾਈਡ ਨੂੰ ਮਲਟੀਪਲਾਈ ਕਰ ਲਿਆ ਐਂਡ ਡਿਵਾਈਡ ਕਰ ਲਿਆ ਐਲ ਦੇ ਨਾਲ, ਤਾਂ ਮੇਰੇ ਕੋਲ ਕੀ ਆਇਆ, ਮਿਊ ਨੋਟ ਐਨ ਸਕੇਅਰ ਏ ਐਲ ਮਲਟੀਪਲਾਈ ਐਲ ਡਿਵਾਈਡ ਬਾਏ ਐਲ, ਆਹੀ ਚੀਜ਼ ਹੋ, ਤਾਂ ਮੇਰੇ ਕੋਲ ਕੀ ਬਣ ਗਿਆ, ਮਿਊ ਨੋਟ ਐਨ ਦੀ ਸਕੇਅਰ ਏ ਐਲ ਦੀ ਸਕੇਅਰ ਡਿਵਾਈਡਡ ਬਾਏ ਐਲ, ਠੀਕ। ਸੋ ਆਹ ਐਨ ਅਤੇ ਐਲ ਮੈਂ ਇਕੱਠੇ ਕਰ ਲੈਂਦੀ ਹਾਂ, ਕੀ ਆ ਗਿਆ ਆਪਣੇ ਕੋਲ, ਮਿਊ ਨੋਟ ਐਨ ਐਲ ਦੀ ਸਕੇਅਰ ਏ ਦੀ ਏ ਡਿਵਾਈਡਡ ਬਾਏ ਐਲ, ਆਈ ਚੀਜ਼ ਆਈ। ਸੋ ਆਹ ਵਾਲੀ ਚੀਜ਼ ਮੇਰੇ ਕੋਲ ਕਿਹਦੇ ਇਕੁਅਲ ਆ ਗਈ, ਵਿਚ ਇਜ਼ ਇਕੁਅਲਸ ਟੂ ਮਿਊ ਨੋਟ ਕੈਪੀਟਲ ਐਨ ਦੀ ਸਕੇਅਰ ਏ ਡਿਵਾਈਡਡ ਬਾਏ ਐਲ, ਠੀਕ। ਤਾਂ ਮਤਲਬ ਮਿਊ ਨੋਟ ਐਨ ਐਲ ਦੀ ਜਗ੍ਹਾ 'ਤੇ ਮੈਂ ਕੀ ਵੈਲਿਊ ਲਿਖਤੀ,
ਕੈਪੀਟਲ ਐਨ ਸਕੇਅਰ ਆ ਤਾਂ ਇਹਦੀ ਵੀ ਸਕੇਅਰ ਹੋ ਗਈ, ਏ ਆ ਏ ਡਿਵਾਈਡਡ ਬਾਈ ਐਲ। ਸੋ ਮੇਰੇ ਕੋਲ ਜਿਹੜੀ ਸੈਲਫ ਇੰਡਕਟੈਂਸ ਦੀ ਆ ਗਈ ਵੈਲਿਊ ਇਨ ਦਾ ਕੇਸ ਆਫ ਸੋਲੇਨੋਇਡ ਉਹ ਕੀ ਆ ਗਈ, ਮਿਊ ਨੋਟ ਐਨ ਸਕੇਅਰ ਏ ਡਿਵਾਈਡਡ ਬਾਈ ਐਲ। ਹੁਣ ਮੈਂ ਕੰਸੀਡਰ ਕਰਦੀ ਹਾਂ ਕਿ ਇਫ ਜਿਹੜਾ ਮੈਂ ਕੋਇਲਿੰਗ ਕਰਨੀ ਆ ਉਹ ਮੈਂ ਜਿਹੜੀ ਕੋਇਲਿੰਗ ਕੀਤੀ ਹੋਈ ਆ ਉਹ ਜਿਹੜਾ ਮਟੈਲਿਕ ਸਬਸਟਾਂਸ ਮੈਂ ਯੂਜ ਮਟੈਲਿਕ ਸਬਸਟਾਂਸ ਦੇ ਉੱਤੇ ਜਿਹਦੇ ਉੱਤੇ ਕੋਇਲਿੰਗ ਕਰਨੀ ਆ ਉਹਦੀ ਹਾਈ ਮੈਗਨੈਟਿਕ ਪਰਮੀਏਬਿਲਟੀ ਆ, ਮਤਲਬ ਹਾਈ ਰੈਲੇਟਿਵ ਮੈਗਨੈਟਿਕ ਪਰਮੀਏਬਿਲਟੀ ਆ ਉਸ ਸਬਸਟਾਂਸ ਦੀ। ਸੋ ਮੇਰੇ ਕੋਲ ਉਸ ਕੇਸ ਵਿੱਚ ਹਾਈ ਮੈਗਨੈਟਿਕ ਪਰਮੀਏਬਿਲਟੀ ਮਤਲਬ ਕੀ ਆ ਗਈ, ਮਿਊ ਆਰ। ਮਤਲਬ ਇਫ ਵੀ ਕੰਸੀਡਰ ਜਿਹੜੀ ਵਾਊਂਡਿੰਗ ਕਰਨੀ ਆ ਕੋਇਲ ਦੀ ਉਹ ਆਪਾਂ ਕਰ ਰਹੇ ਹਾਂ ਉਹਨਾਂ ਹਾਈ ਉਹਨਾਂ ਸਬਸਟਾਂਸ ਦੈਟ ਹੈਵ ਹਾਈ ਮੈਗਨੈਟਿਕ ਪਰਮੀਏਬਿਲਟੀ ਆ, ਤਾਂ ਉਸ ਕੇਸ ਦੇ ਵਿੱਚ ਜਿਹੜੀ ਮੈਂ ਰੈਲੇਟਿਵ ਪਰਮੀਏਬਿਲਟੀ ਕੀ ਆ ਜੂਗੀ, ਮਿਊ ਆਰ। ਸੋ ਮੇਰੇ ਕੋਲ ਉਸ ਕੇਸ ਵਿੱਚ ਜਿਹੜੀ ਆਪਣੇ ਕੋਲ ਸੈਲਫ ਇੰਡਕਸ਼ਨ ਆ ਉਹ ਕਿਹਦੇ ਇਕੁਅਲ ਆ ਜੂਗੀ, ਮਿਊ ਆਰ ਮਿਊ ਨੋਟ ਸੇਮ ਆ ਜੂਗੀ, ਬਸ ਫੈਕਟਰ ਕਿਹਦਾ ਆ ਜਾਣਾ ਮਿਊ ਆਰ ਦਾ, ਐਨ ਦੀ ਸਕੇਅਰ ਮਿਊ ਨੋਟ ਐਨ ਦੀ ਸਕੇਅਰ ਏ ਡਿਵਾਈਡਿਡ ਬਾਏ ਐਲ। ਠੀਕ, ਮਿਊ ਆਰ ਮਿਊ ਨੋਟ ਐਨ ਸਕੇਅਰ ਏ ਡਿਵਾਈਡ, ਮਤਲਬ ਸਾਰਾ ਕੁਛ ਸੇਮ ਰਹਿਣਾ, ਬਸ ਇਫ ਜੇਕਰ ਜਿਹੜਾ ਆ ਮੈਂ ਜਿਹੜੀ ਆ ਵਾਊਂਡਿੰਗ ਕਰ ਰਹੀ ਹਾਂ ਜਿਹੜੇ ਮੈਂ ਮੈਟਲ ਦੇ ਉੱਤੇ ਕਰ ਰਹੀ ਹਾਂ ਉਹਦੀ ਹਾਈ ਮੈਗਨੈਟਿਕ ਰੈਲਿਟੀ ਪਰਮੀਏਬਿਲਟੀ ਆ। ਸੋ ਉਸ ਕੇਸ ਵਿੱਚ ਸਿਰਫ ਮੇਰੇ ਕੋਲ ਇੱਕ ਅਨਦਰ ਅੱਗੇ ਕੋਫੀਸ਼ੈਂਟ ਆ ਜਾਣਾ ਮਿਊ ਆਰ। ਸੋ ਇਹ ਚੀਜ਼ ਆ ਗਈ ਮੇਰੇ ਕੋਲ, ਕੰਸੈਪਟ ਆ ਗਿਆ ਸੀਗਾ ਸਾਰਾ ਸੈਲਫ ਇੰਡਕਸ਼ਨ ਆਫ ਅ ਲੋਂਗ ਸੋਲੇਨੋਇਡ, ਮਤਲਬ ਲੋਂਗ ਸੋਲੇਨੋਇਡ ਕੇਸ ਵਿੱਚ ਜਿਹੜੀ ਮੇਰੇ ਕੋਲ ਸੈਲਫ ਇੰਡਕਸ਼ਨ ਆ ਉਹ ਕਿਸ ਚੀਜ਼ ਦੇ ਉੱਪਰ ਡਿਪੈਂਡ ਕਰਦੀ ਆ। ਸੋ ਹੁਣ ਆਪਾਂ ਇਹਦੇ ਫੈਕਟਰਸ ਡਿਸਕਸ ਕਰਾਂਗੇ ਕਿੰਨੇ ਕਿੰਨੇ ਫੈਕਟਰਸ ਉੱਤੇ ਇਹ ਡਿਪੈਂਡ ਕਰਦੀ ਆ। ਠੀਕ ਹੈ, ਲੋਂਗ ਸੋਲੇਨੋਇਡ ਦੇ ਕੇਸ ਵਾਲੇ ਫੈਕਟਰ ਡਿਸਕਸ ਕਰਨਾ ਵੀ ਲੋਂਗ ਸੋਲੇਨੋਇਡ ਦੇ ਕੇਸ ਵਿੱਚ ਜਿਹੜੀ ਮੇਰੇ ਕੋਲ ਸੈਲਫ ਇੰਡਕਟੈਂਸ ਆ ਉਹ ਕਿਹੜੇ ਕਿਹੜੇ ਫੈਕਟਰਸ ਉੱਤੇ ਡਿਪੈਂਡ ਕਰਦੀ ਆ। ਸੋ ਜਿਹੜੇ ਮੇਰੇ ਫੈਕਟਰਸ ਆ ਗਏ ਔਨ ਵਿਚ ਸੈਲਫ ਇੰਡਕਟੈਂਸ ਡਿਪੈਂਡਸ, ਦੇਖੋ ਜੇ ਮੈਂ ਆਹੀ ਵਾਲੇ ਐਕਸਪ੍ਰੈਸ਼ਨ ਨੂੰ ਦੇਖਾਂ ਕਿ ਮਿਊ ਆਰ ਮਿਊ ਨੋਟ ਐਨ ਸਕੇਅਰ ਏ ਡਿਵਾਈਡਡ ਬਾਈ ਐਲ ਆ, ਤਾਂ ਇੱਥੋਂ ਹੀ ਆਪਾਂ ਨੂੰ ਕਲੀਅਰ ਹੋ ਜਾਂਦਾ ਕਿ ਜਿਹੜੀ ਆਪਣੇ ਕੋਲ ਸੈਲਫ ਇੰਡਕਟੈਂਸ ਆ ਕਿਹੜੇ ਕਿਹੜ੾ੇ ਫੈਕਟਰਸ 'ਤੇ ਡਿਪੈਂਡ ਕਰ ਰਹੀ ਆ। ਸੋ ਸਭ ਤੋਂ ਪਹਿਲਾਂ ਜਿਹੜੀ ਸੈਲਫ ਇੰਡਕਟੈਂਸ ਡਿਪੈਂਡ ਕਰ ਰਹੀ ਆ ਐਨ ਦੇ ਉੱਤੇ, ਮਤਲਬ ਐਨ ਦੀ ਸਕੇਅਰ 'ਤੇ। ਸੋ ਇੱਥੋਂ ਪਤਾ ਲੱਗ ਰਿਹਾ ਦਾ ਐਲ ਵਾ ਜਿਹੜੀ ਐਨ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਆ, ਸੋ ਐਲ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਐਨ ਦੀ ਸਕੇਅਰ, ਮਤਲਬ ਜਿੰਨੇ ਜ਼ਿਆਦਾ ਐਨ ਕਿਸੀ ਟੋਟਲ ਨੰਬਰ ਆਫ ਟਰਨਸ, ਸੋ ਜਿੰਨੇ ਜ਼ਿਆਦਾ ਨੰਬਰ ਆਫ ਟਰਨਸ ਹੋਈ ਜਾਣਗੇ ਉਨੀ ਹੀ ਜ਼ਿਆਦਾ ਮੇਰੀ ਕੀ ਹੋਈ ਜਾਊਗੀ ਸੈਲਫ ਇੰਡਕਟੈਂਸ। ਐਂਡ ਸੈਕਿੰਡ ਫੈਕਟਰ ਕਿਹੜਾ ਆ ਗਿਆ ਇਹਦੇ ਵਿੱਚੋਂ, ਏ, ਆਹ ਚੀਜ਼ ਤਾਂ ਕੋਂਸਟੈਂਟ ਹੈ ਨਾ ਏ, ਸੋ ਐਲ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਏ, ਮਤਲਬ ਜਿੰਨਾ ਜ਼ਿਆਦਾ ਏਰੀਆ ਹੋਊਗਾ ਸੋਲੇਨੋਇਡ ਦਾ ਉਨੇ ਹੀ ਜ਼ਿਆਦਾ ਕੀ ਹੋਣਗੀ ਉਹਦੀ ਸੈਲਫ ਇੰਡਕਟੈਂਸ। ਐਂਡ ਥਰਡ ਫੈਕਟਰ ਜਿਹੜਾ ਆ ਜਾਂਦਾ ਉਹ ਆ ਜਾਂਦਾ ਪਰਮੀਏਬਿਲਟੀ 'ਤੇ ਵੀ ਆ ਜਾਂਦਾ, ਰੈਲੇਟਿਵ ਪਰਮੀਏਬਿਲਟੀ। ਸੋ ਜਿੰਨੀ ਜ਼ਿਆਦਾ ਰੈਲੇਟਿਵ ਪਰਮੀਏਬਿਲਟੀ ਹੋਊਗੀ ਉਨੀ ਹੀ ਜ਼ਿਆਦਾ ਕੀ ਹੋਊਗੀ ਸੈਲਫ ਇੰਡਕਟੈਂਸ। ਤੋਂ ਮਤਲਬ ਜੇ ਆਹ ਵਾਲੇ ਐਕਸਪ੍ਰੈਸ਼ਨ ਨੂੰ ਦੇਖੀਏ ਇਹਦੇ ਤੋਂ ਹੀ ਆਪਾਂ ਨੂੰ ਕਲੀਅਰ ਹੋ ਜਾਂਦਾ ਕਿ ਜਿਹੜੀ ਸੈਲਫ ਇੰਡਕਟੈਂਸ ਆ ਲੋਂਗ ਸੋਲੇਨੋਇਡ ਦੇ ਕੇਸ ਵਿੱਚ ਕਿੰਨਾ ਕਿੰਨਾ ਫੈਕਟਰਸ ਉੱਤੇ ਡਿਪੈਂਡ ਕਰਦੀ, ਪਹਿਲਾਂ ਐਨ ਫਿਰ ਏ ਐਂਡ ਦੈਨ ਫਿਰ ਮਿਊ ਆਰ। ਠੀਕ ਹੈ, ਸੋ ਇਹ ਜਿਹੜਾ ਸੀਗਾ ਆਪਣਾ ਅੱਜ ਦਾ ਕਨਸੈਪਟ ਸੀਗਾ ਕਿ ਸੈਲਫ ਇੰਡਕਟੈਂਸ, ਆਪਾਂ ਪੜ੍ਹਿਆ ਕਿ ਕੋਫੀਸ਼ੀਐਂਟ ਆਫ ਸੈਲਫ ਇੰਡਕਟੈਂਸ ਹੁੰਦਾ ਕੀ ਆ, ਮਤਲਬ ਐਲ ਸਿੰਪਲੀ ਕੀ ਹੁੰਦਾ, ਔਰ ਜਦੋਂ ਆਪਾਂ ਸੋਲੇਨੋਇਡ ਦਾ ਕੇਸ ਲਿਆ ਤਾਂ ਉਸ ਸੋਲੇਨੋਇਡ ਦੇ ਕੇਸ ਵਿੱਚ ਜਿਹੜੀ ਆਪਣੇ ਕੋਲ ਸੈਲਫ ਇੰਡਕਟੈਂਸ ਆ ਉਹ ਕਿਸ ਚੀਜ਼ ਦੇ ਇਕੁਅਲ ਹੁੰਦੀ ਆ ਔਰ ਕਿਹੜੇ ਕਿਹੜੇ ਫੈਕਟਰਸ ਉੱਤੇ ਉਹ ਡਿਪੈਂਡ ਕਰਦੀ ਆ। ਸੋ ਆਈ ਹੋਪ ਅੱਜ ਦਾ ਜਿਹੜਾ ਜਿੰਨਾ ਵੀ ਆਪਾਂ ਕਨਸੈਪਟ ਕੀਤਾ ਉਹ ਸਾਰਾ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ, ਔਰ ਜੇ ਫਿਰ ਵੀ ਕੋਈ ਉਹਦੇ ਵਿੱਚ ਐਨੀ ਕੁਐਰੀ
ਹੈਗੀ ਹੈ ਤਾਂ ਤੁਸੀਂ ਸਾਡੇ WhatsApp ਨੰਬਰ 'ਤੇ ਕੰਟੈਕਟ ਕਰ ਸਕਦੇ ਹਾਂ। ਥੈਂਕ ਯੂ ਸੋ ਮਚ।